ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਦਰਸ਼ਕੋ ਮੈਂ ਤੁਹਾਡਾ ਗੁਰਲਾਲ ਫੇਰ ਹਾਜ਼ਰ ਪ੍ਰੋਗਰਾਮ ਓਪਨ ਪਲੇਟਫਾਰਮ ਲੈ ਕੇ ਜਸ ਪੰਜਾਬੀ ਦੇ ਮੰਚ ਤੋਂ ਦਰਸ਼ਕੋ ਬਹੁਤ ਚੀਜ਼ਾਂ ਜਿਹੜੀਆਂ ਵਾਪਰ ਜਾਂਦੀਆਂ ਨੇ ਜਿਹੜੀਆਂ ਆਪਣੇ ਤੋਂ ਰਹਿ ਜਾਂਦੀਆਂ ਪਰ ਉਹ ਗੱਲਾਂ ਖਬਰਾਂ ਇਹ ਸਭ ਕੁਝ ਚੱਲਦਾ ਰਹੂਗਾ ਨਾਲ ਪਰ ਆਪਾਂ ਹਫ਼ਤੇ 'ਚ ਇੱਕ ਵਾਰੀ ਇੱਕ ਜ਼ਰੂਰੀ ਟਾਪਿਕ ਲੈ ਕੇ ਆਉਂਦੇ ਜਿਹੜਾ ਧਿਆਨ ਮੰਗਦਾ ਆਪਣੇ ਸਾਰੇ ਦਰਸ਼ਕਾਂ ਦਾ ਦੀ ਕਿ ਅਸੀਂ ਆਉਣ ਵਾਲੇ ਟਾਈਮ 'ਚ ਕਿਸੇ ਜਾਂ ਕਿਸੇ ਪ੍ਰੋਡਕਟ ਬਾਰੇ ਗੱਲ ਕਰੀਏ ਕਿਸੇ ਪ੍ਰੋਬਲਮ ਬਾਰੇ ਗੱਲ ਕਰੀਏ ਸਮਾਜ ਦੇ ਵਿੱਚ ਤਾਂ ਆਪਾਂ ਉਸੇ ਹੀ ਇੱਕ ਕੜੀ ਦਾ ਹਿੱਸਾ ਆਪਾਂ ਅਗਾਂਹ ਵਧਾਉਂਦੇ ਹਾਂ ਕਿ ਡੇਅਰੀ ਪ੍ਰੋਡਕਟ ਇਨ ਇੰਡੀਆ ਜਾਂ ਪੂਰੇ ਵਰਲਡ ਦੇ ਵਿੱਚ ਇਹ ਜੇ ਆਪਾਂ ਖਾਸ ਕਰਕੇ ਇੰਡੀਆ ਦੀ ਗੱਲ ਕਰੀਏ ਦਰਸ਼ਕੋ ਤਾਂ ਕੰਜ਼ਪਸ਼ਨ ਜਿਹੜਾ ਸੀਗਾ ਉਹ ਪਾਪੂਲੇਸ਼ਨ ਦੇ ਨਾਲ ਕੰਜ਼ਪਸ਼ਨ ਵੀ ਹੈਗਾ ਕਾਫੀ ਲੇਕਿਨ ਪ੍ਰੋਡਕਸ਼ਨ ਬਰਾਬਰ ਕਿੰਨਾ ਆ ਉਹਦਾ ਦੇਖਣ ਵਾਲੀ ਗੱਲ ਆ ਐਟ ਦਿਸ ਟਾਈਮ ਜੇ 2018 ਤੋਂ 2020 ਦੇ ਅੰਕੜੇ ਲਈਏ ਤਾਂ 186 ਮਿਲੀਅਨ ਟਨ ਮਿਲਕ ਪ੍ਰੋਡਿਊਸ ਕੀਤਾ ਆਲ ਓਵਰ ਇੰਡੀਆ ਦੇ ਵਿੱਚ ਪਰ ਪਾਪੂਲੇਸ਼ਨ ਦੇ ਹਿਸਾਬ ਨਾਲ ਸ਼ਾਇਦ ਇਹ ਜਿਹੜੇ ਇੰਡੈਕਸ ਹੈ ਉਹ ਜਿਹੜੇ ਟੋਟਲ ਅੰਕੜੇ ਉਹ ਥੋੜ੍ਹਾ ਥੱਲੇ ਹੈ ਪਰ ਬਾਜ਼ਾਰ ਦੇ ਵਿੱਚ ਬਹੁਤ ਜ਼ਿਆਦਾ ਅਵੇਲੇਬਿਲਿਟੀ ਹੈ ਇਹਦੇ ਬਾਰੇ ਵੀ ਆਪਾਂ ਗੱਲ ਕਰਾਂਗੇ ਜੇ ਆਪਾਂ ਗੱਲ ਕਰੀਏ ਕਿ ਟੋਟਲ GDP ਦਾ ਹਿੱਸਾ ਜਿਹੜਾ ਮਿਲਕ ਪ੍ਰੋਡਕਟ ਜਾਂ ਡੇਅਰੀ ਪ੍ਰੋਡਕਟ ਤੋਂ ਆਪਾਂ ਨੂੰ ਹੁੰਦਾ ਆ 2020 ਦੇ ਅੰਕੜੇ ਲਈਏ ਤਾਂ 4.2% ਮਿਲਕ ਯਾਨੀ ਕਿ ਡੇਅਰੀ ਪ੍ਰੋਡਕਟ ਦੀ ਇਨਕਮ ਸੀਗੀ ਆਊਟ ਆਫ ਟੋਟਲ ਇੰਡੀਆ ਦੀ GDP ਤੋਂ ਜਿਹੜੀ ਇੰਡੀਆ ਟੋਟਲ GDP ਸੀ ਉਹਦਾ 4.2% ਜਿਹੜਾ ਆ ਉਹ ਡੇਅਰੀ ਪ੍ਰੋਡਕਟ ਦੀ ਇਨਕਮ ਸੀਗੀ ਉਸ ਤੋਂ ਬਾਅਦ ਗੱਲ ਕਰੀ ਕਿ ਪ੍ਰੋਸੈਸਡ ਮਿਲਕ ਦੇ ਵਿੱਚ ਬਹੁਤ ਚੀਜ਼ਾਂ ਬਣਦੀਆਂ ਨੇ ਉਹਦੀ ਕੰਜ਼ਮਪਸ਼ਨ ਕਿੰਨੀ ਆ ਅਤੇ ਉਹਦੀ ਜਿਹੜੀ ਪ੍ਰੋਡਕਸ਼ਨ ਕਿੰਨੀ ਆ ਜਿਹੜੀਆਂ ਚੀਜ਼ਾਂ ਬਣਦੀਆਂ ਨੇ ਦਹੀਂ ਲੱਸੀ ਮਿਠਾਈ ਪਾਊਡਰ ਮਿਲਕ ਹੋਰ ਬਹੁਤ ਚੀਜ਼ਾਂ ਹੋਣਗੀਆਂ ਜਿਹੜੀਆਂ ਆਪਾਂ ਨੂੰ ਬਾਜ਼ਾਰ ਦੇ ਵਿੱਚ ਅਵੇਲੇਬਲ ਹੁੰਦੀਆਂ ਨੇ ਜੇ ਆਪਾਂ ਗੱਲ ਕਰੀਏ 1947 ਦੀ ਦਰਸ਼ਕੋ ਇਟ ਵਾਜ਼ ਲਾਈਕ ਮੇਨ ਸੋਰਸ ਆਫ ਇਨਕਮ ਹੁੰਦਾ ਸੀ ਕਰੀਬ ਹਰੇਕ ਹਾਊਸ ਹੋਲਡ ਦਾ ਕਿ ਆਪਾਂ ਦੁੱਧ ਪਸ਼ੂ ਰੱਖਣੇ ਚਾਹੇ ਗਾਂ ਰੱਖੀਏ ਭੈਂਸ ਯਾਨੀ ਕਿ ਮੱਝ ਰੱਖੀਏ ਕਈ ਜਗ੍ਹਾ 'ਤੇ ਖਾਸ ਕਰਕੇ ਜੇ ਤੁਸੀਂ ਆਊਟਰ ਲਿੰਕ 'ਚ ਚਲੇ ਜਾਓ ਜਿੱਦਾਂ ਤੁਸੀਂ ਰਾਜਸਥਾਨ ਦੇ ਕਈ ਪਾਰਟ ਹੈ ਜਿੱਥੇ ਭੇਡਾਂ ਅਤੇ ਬੱਕਰੀਆਂ ਰੱਖੀਆਂ ਜਾਂਦੀਆਂ ਲਾਈਵ ਸਟਾਕ ਦੀ ਗੱਲ ਨਹੀਂ ਕਰ ਰਿਹਾ ਮੈਂ ਲਾਈਵ ਸਟਾਕ ਦੀ ਗੱਲ ਨਹੀਂ ਕਰ ਰਿਹਾ ਉਹ ਕਿਸ ਦਿਨ ਸਬਜੈਕਟ ਫਿਰ ਡਿਫਰੈਂਟਲੀ ਲਵਾਂਗੇ ਮੈਂ ਗੱਲ ਕਰ ਰਿਹਾ ਮਿਲਕ ਪ੍ਰੋਡਕਸ਼ਨ ਦੀ ਅਤੇ ਉਹ ਵੀ ਸੋਰਸ ਆਫ ਇਨਕਮ ਸੀਗਾ ਦਰਸ਼ਕੋ ਅਤੇ ਉਦੋਂ ਬਾਅਦ ਆਪਾਂ ਗੱਲ ਕਰਦੇ ਹਾਂ ਕਿ ਪਿਓਰਿਟੀ ਜਿਹੜੀ ਵੱਡੀ ਪ੍ਰੋਬਲਮ ਇਸ ਟਾਈਮ ਪਿਓਰਿਟੀ ਦੀ ਆ ਰਹੀ ਹੈ ਇੰਡੀਆ ਦੀ ਗੱਲ ਕਰੀਏ ਤਾਂ ਵਰਲਡ ਇਸ ਮਾਮਲੇ 'ਚ ਕਿੱਥੇ ਖੜਾ ਉਹ ਵੀ ਗੱਲ ਕਰਾਂਗੇ ਪਰ ਖਾਸ ਕਰਕੇ ਜੇ ਆਪਾਂ ਪ੍ਰਿਓਰਿਟੀ ਦੀ ਗੱਲ ਕਰੀਏ ਮੈਂ ਇੱਕ ਮੋਟਾ ਜਿਹਾ ਐਗਜ਼ਾਮਪਲ ਦਿੰਦਾ ਹੁੰਦਾ ਕਿ ਅੱਜ ਤੋਂ 30-40 ਸਾਲ ਪਹਿਲਾਂ ਜੇ ਘਰ 'ਚ ਵਿਆਹ ਹੁੰਦਾ ਸੀ ਤਾਂ ਅਸੀਂ ਜੋ ਹੈ ਦੁੱਧ ਆਸੇ ਪਾਸੇ ਪਿੰਡਾਂ ਤੋਂ ਮੰਗਵਾਉਂਦੇ ਹੁੰਦੇ ਸੀ ਤਾਂ ਕਿ ਮਿਠਾਈ ਬਣ ਸਕੇ ਅਤੇ ਉਸ ਟਾਈਮ ਐਵਰੇਜ ਵਿਆਹ ਦੇ ਵਿੱਚ 100 ਜਾਂ 200 ਲੋਕ ਟੋਟਲ ਹੁੰਦੇ ਹੋਣਗੇ ਵੱਧ ਤੋਂ ਵੱਧ 250 ਜਾਂ ਇਹ ਤਾਂ ਬਹੁਤ ਵੱਡਾ ਵਿਆਹ ਗਿਣਿਆ ਜਾਂਦਾ ਹੈ ਅੱਜ ਕੱਲ੍ਹ ਪੈਲਸਾਂ ਦੇ ਵਿੱਚ ਐਕਸਟਰਾ ਮਿਠਾਈ ਪਈ ਹੈ ਐਕਸਟਰਾ ਮਿਲਕ ਪ੍ਰੋਡਕਟ ਪਏ ਨੇ ਹਜ਼ਾਰਾਂ ਦੇ ਹਿਸਾਬ ਨਾਲ ਇਕੱਠ ਹੁੰਦੇ ਆ ਪਰ ਮਿਲਕ ਟੋਟਲ ਪ੍ਰੋਡਕਸ਼ਨ ਜਿਹੜੀ ਅੱਗੇ ਨਾਲੋਂ ਘੱਟ ਹੈ ਅਤੇ ਦੇਖਣਾ ਹੋਊਗਾ ਆਪਾਂ ਨੂੰ ਇਹ ਪ੍ਰੋਬਲਮ ਕਿੱਥੇ ਹੈ ਅਤੇ ਇਹਦਾ ਸਲਿਊਸ਼ਨ ਕੀ ਹੈ ਉਸ ਇਹ ਸਾਰੀਆਂ ਗੱਲਾਂ ਕਰਨ ਇਸ ਚੀਜ਼ ਦੇ ਮਾਹਰ ਨੇ ਸਾਡੇ ਮਾਣਯੋਗ ਡਾਕਟਰ ਯਸ਼ਪਾਲ ਸਿੰਘ ਬਾਜਵਾ ਜੀ ਸਾਡੇ ਨਾਲ ਜੁੜੇ ਹੋਏ ਨੇ ਉਚੇਚੇ ਤੌਰ 'ਤੇ ਸ਼ਿਕਾਗੋ ਤੋਂ ਉਹਨਾਂ ਦਾ ਸਵਾਗਤ ਕਰਦੇ ਅਤੇ ਗੱਲ ਉਹਨਾਂ ਨਾਲ ਖੋਲ੍ਹ ਕੇ ਕਰਦੇ ਤਾਂ ਦੱਸਣਗੇ ਇੱਥੇ ਪ੍ਰੋਬਲਮ ਕਿੱਥੇ ਹੈ ਬਾਜਵਾ ਸਾਹਿਬ ਬਹੁਤ ਬਹੁਤ ਸਵਾਗਤ ਜੀ ਸਤਿ ਸ਼੍ਰੀ ਅਕਾਲ ਜਸ ਪੰਜਾਬੀ ਦੇ ਮੰਚ 'ਤੇ ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਵੀ ਅਤੇ ਤੁਹਾਡੇ ਦਰਸ਼ਕਾਂ ਨੂੰ ਓਕੇ ਬਾਜਵਾ ਸਾਹਿਬ ਤੁਸੀਂ ਭੂਮਿਕਾ 'ਚ ਸੁਣੀ ਲਿਆ ਹੋਣਾ ਕਿ ਪ੍ਰੋਡਕਸ਼ਨ ਫਿਰ ਕੰਜ਼ਮਪਸ਼ਨ ਫਿਰ ਪਿਓਰਿਟੀ ਪਹਿਲਾਂ ਮੈਨੂੰ ਇਹ ਦੱਸੋ ਸਾਰ ਤੋਂ ਪਹਿਲਾਂ ਮੇਰਾ ਕੁਐਸਚਨ ਇਹ ਹੈ ਕਿ ਇਹ ਡੇਅਰੀ ਇੰਡਸਟਰੀ ਹੈ ਕੀ ਅਤੇ ਇਹਦੇ ਵਿੱਚ ਇੰਕਲੂਡ ਕੀ ਹੈ ਹੋਰ ਕੀ ਹੈ ਜਦੋਂ ਆਪਾਂ ਗੱਲ ਕਰਦੇ ਨਾ ਇਕੱਲੀ ਡੇਅਰੀ ਇੰਡਸਟਰੀ ਦੀ ਲੋਕਾਂ ਦੇ ਜ਼ਹਿਨ ਦੇ ਵਿੱਚ ਇਕੱਲਾ ਦੁੱਧ ਆਉਂਦਾ ਹੈ ਤੁਸੀਂ ਪਹਿਲਾਂ ਇਹ ਖੋਲ੍ਹ ਕੇ ਦੱਸੋ ਕਿ ਡੇਅਰੀ ਇੰਡਸਟਰੀ ਅਤੇ ਇਹਦੇ ਵਿੱਚ ਇੰਕਲੂਡ ਕੀ ਚੀਜ਼ਾਂ ਨੇ ਦੇਖੋ ਜੀ ਗੁਰਲਾਲ ਜੀ ਜਿਹੜੀ ਡੇਅਰੀ ਇੰਡਸਟਰੀ ਹੈ ਜੀ ਇਹਦੇ ਵਿੱਚ ਇਟ ਇਨਕਲੂਡਸ ਮਿਲਕ ਜੀ ਐਜ਼ ਮਿਲਕ ਦੈਨ ਮਿਲਕ ਪ੍ਰੋਡਕਟਸ ਫਿਰ ਇਹਦੀ ਪ੍ਰੋਸੈਸਿੰਗ ਜੀ ਫਿਰ ਇਹਦੀ ਮਾਰਕੀਟਿੰਗ ਐਂਡ ਡਿਸਟ੍ਰੀਬਿਊਸ਼ਨ ਟੂ ਦਾ ਕੰਜ਼ਿਊਮਰ ਹੁਣ ਜਿਹੜਾ ਮਿਲਕ ਹੈ ਇਹ ਆਪਣੇ ਆਪ 'ਚ ਇੱਕ ਕੰਪਲੀਟ ਡਾਇਟ ਇਹਦੇ ਵਿੱਚ ਕੋਈ 30 ਨਾਲੋਂ ਜ਼ਿਆਦਾ ਇਨਗਰੀਡੀਐਂਟ ਇੱਕ ਸਿੰਗਲ ਸੋਰਸ ਤੋਂ ਹੀ ਮਿਲ ਜਾਂਦੇ ਹੈ ਜਿਹੜੇ ਹਿਊਮਨ ਹੈਲਥ ਵਾਸਤੇ ਬਹੁਤ ਇੰਪੋਰਟੈਂਟ ਜੀ ਔਰ ਇਹ ਇੱਕ ਰੈਡੀਮੇਡ ਸੋਰਸ ਆਫ ਇੰਸਟੈਂਟ ਐਨਰਜੀ ਹੈ ਜੇ ਤੁਸੀਂ ਯੂਜ਼ ਕਰੋ ਤੇ ਇਹਦੇ ਵਿੱਚ ਬਹੁਤ ਪ੍ਰੋਪਰ ਮਿਕਦਾਰ ਦੇ ਨਾਲ ਪ੍ਰੋਟੀਨਸ ਫੈਟਸ ਸ਼ੂਗਰਸ
ਵਿਟਾਮਿਨ ਤੇ ਮਿਨਰਲਸ ਮਿਲ ਜਾਂਦੇ ਆ ਮਿਨਰਲਸ ਲਾਈਕ ਕੈਲਸ਼ੀਅਮ ਮੈਗਨੇਸ਼ੀਅਮ ਜ਼ਿੰਕ ਤੇ ਵਿਟਾਮਿਨ ਜਿਵੇਂ ਵਿਟਾਮਿਨ B12 ਫੋਲੇਟ ਰਾਈਬੋਫਲੋਵਿਨ ਐਂਡ ਅਦਰਸ ਤੇ ਜਿਹੜਾ ਓਰੀਜਨ ਆ ਮਿਲਕ ਦਾ ਇਹ ਜਿੰਨੀ ਕਿ ਹਿਸਟਰੀ ਟਰੇਸ ਬੈਕ ਹੁੰਦੀ ਹੈ ਇਹ 10,000 ਈਅਰ ਅਗੋਸ ਦਾ ਤਾਂ ਹਿਸਟਰੀ ਇਹਨੂੰ ਜਿਹੜਾ ਹੈ ਉਹ ਕੁਆਂਟੀਫਾਈ ਕਰਦੀ ਹੈ ਪਰ ਇਹਦਾ ਪ੍ਰੂਫ ਬਹੁਤ ਵੇਦਕ ਏਨਸ਼ੰਟ ਟਾਈਮ ਤੋਂ ਹੀ ਜਿਹੜਾ ਮਿਲਕ ਹੈ ਉਹ ਹਿਊਮਨ ਪਾਰਟ ਰਿਹਾ ਡਾਇਟ ਹੁਣ ਇਹ ਚੀਜ਼ ਹੈ ਕਿ ਇਹ ਅੱਜ ਕੱਲ੍ਹ 2001 ਤੋਂ ਵਰਲਡ ਮਿਲਕ ਡੇ ਮਨਾਉਣ ਲੱਗੇ ਉਹਦੇ ਨਾਲ ਕੀ ਹੁੰਦਾ ਜੀ ਜੀ ਹਾਂਜੀ ਉਹ June 1 ਚ 2001 ਤੋਂ ਸ਼ੁਰੂ ਹੋਇਆ ਸੀ ਐਵਰੀ ਈਅਰ ਉਹਨੂੰ ਮਨਾਉਂਦੇ ਆ ਉਸ ਦਿਨ ਗਲੋਬਲ ਡੇਅਰੀ ਇੰਡਸਟਰੀ ਦਾ ਲੇਖਾ ਜੋਖਾ ਹੁੰਦਾ ਹੈ ਵੀ ਉਹਦੇ ਕੀ ਇੰਪੋਰਟੈਂਟ ਹੈ ਹਿਊਮਨ ਹੈਲਥ ਚ ਦੁਨੀਆਂ ਦੀ ਕੰਟਰੀਆਂ ਦੀ ਇਕਾਨਮੀ ਚ ਮੁੜ ਕੇ ਇੰਪਲੋਇਮੈਂਟ ਕਿੰਨੀ ਦਿੰਦੀ ਹੈ ਮੁੜ ਕੇ ਉਹਦੀ ਮਾਰਕੀਟਿੰਗ ਤੇ ਟ੍ਰੇਡ ਜਿਹੜਾ ਹੈ ਉਹ ਕਿਵੇਂ ਹੁੰਦਾ ਹੁਣ ਫਿਰ ਆਪਾਂ ਸ਼ੁਰੂ ਕਰਦੇ ਹਾਂ ਵੀ ਇਹਨੂੰ ਕੁਛ ਇਸ ਇੰਡਸਟਰੀ ਦੇ ਆਪਾਂ ਗਲੋਬਲ ਫੈਕਟ ਸ਼ੀਟ ਵੀ ਦੇਖਾਂਗੇ ਮੁੜ ਕੇ ਉਹਨੂੰ ਇੰਡੀਆ ਦੇ ਹਿਸਾਬ 'ਚ ਵੀ ਦੇਖਾਂਗੇ ਔਰ ਫਿਰ ਆਪਾਂ ਪੰਜਾਬ 'ਚ ਇਨ ਪਰਟੀਕੁਲਰਲੀ ਆ ਜਾਵਾਂਗੇ ਹੁਣ ਇਹਦੇ 'ਚ ਦੇਖਣ ਵਾਲੀਆਂ ਚੀਜ਼ਾਂ ਇਹ ਹੈ ਕਿ ਦੁਨੀਆਂ ਦੀ ਇਹ ਇੰਡਸਟਰੀ ਕਿੱਡੀ ਵੱਡੀ ਆ ਇਹਦੀ ਕਿੱਡੀ ਵਰਥ ਹੈ ਮੁੜ ਕੇ ਮਿਲਕ ਪ੍ਰੋਡਕਸ਼ਨ ਗਲੋਬਲ ਲੈਵਲ 'ਤੇ ਕਿੰਨਾ ਕੁ ਹੁੰਦਾ ਫਿਰ ਕਿਹੜੀਆਂ ਕਿਹੜੀਆਂ ਕੰਟਰੀਆਂ ਜਿਹੜੀਆਂ ਲਾਰਜ ਪ੍ਰੋਡਿਊਸਰ ਹੈ ਫਿਰ ਕਿਹੜੀਆਂ ਕੰਟਰੀਆਂ ਹੈ ਜਿਹੜੀਆਂ ਮਿਲਕ 'ਚੋਂ ਡੈਫੀਸ਼ੀਐਂਟ ਹੈ ਜੀ ਉਹ ਮੇਰਾ ਕੁਐਸਚਨ ਅੱਗੇ ਜਾ ਕੇ ਆਊਗਾ ਉਹਨਾਂ ਕੰਟਰੀਆਂ ਬਾਰੇ ਵੀ ਬਾਜਵਾ ਸਾਹਿਬ ਆਊਗਾ ਮੇਰਾ ਇੱਕ ਕੁਐਸਚਨ ਵਿੱਚ ਇਹ ਹੈਗਾ ਕਿ ਵਟ ਆਰ ਦੇ ਸਮ ਫੈਕਟਸ ਜਿਹੜੇ ਹੈਗੇ ਆ ਗਲੋਬਲ ਡੇਅਰੀ ਇੰਡਸਟਰੀ ਦੇ ਫੈਕਟਸ ਕੀ ਆ ਪਹਿਲਾਂ ਉੱਥੇ ਹੋਣੇ ਉਸ ਤੋਂ ਬਾਅਦ ਆਪਾਂ ਦੂਜੀਆਂ ਕੰਟਰੀਆਂ ਦਾ ਇੰਪੋਰਟ ਐਕਸਪੋਰਟ ਦੇ ਚੱਲਦੇ ਜਾ ਰਹੇ ਜੀ ਇਹ ਜਿਹੜੇ ਆਪਾਂ ਡਿਸਕਸ ਕਰਨੇ ਆ ਉਦੋਂ ਅੱਗੇ ਵਰਲਡ ਲੀਡਰ ਐਕਸਪੋਰਟ ਤੇ ਦੇਖਣੇ ਆ ਜੀ ਜੀ ਉਦੋਂ ਬਾਅਦ ਇੰਡੀਆ ਤੇ ਪੰਜਾਬ ਦੇਖਾਂਗੇ ਜੀ ਜੀ ਇਹਨਾਂ ਦੀ ਫਿਊਚਰ ਆਊਟਲੁੱਕ ਐਂਡ ਚੈਲੰਜ ਜੀ ਹੁਣ ਦੇਖੋ ਜਿਹੜੇ ਗਲੋਬਲ ਫੈਕਟਸ ਆਪਾਂ ਕਰਦੇ ਆ ਜੀ ਇਹ ਦੁਨੀਆ ਦੀ ਟੋਟਲ ਇੰਡਸਟਰੀ ਜਿਹੜੀ 2018 ਚ ਇਹਦੀ ਜਿਹੜੀ ਵੈਲਿਊ ਹੈ $675 billion US ਡਾਲਰ ਹੈ ਜੀ ਜਿਹੜੀ ਕਿ ਪ੍ਰੋਜੈਕਟ ਕੀਤੀ ਜਾ ਰਹੀ ਹੈ 2024 ਤੱਕ ਇਹ ਗਰੋ ਹੋ ਜਾਏਗੀ ਕੋਈ $1,033 billion US ਡਾਲਰ ਪਰ ਇਹਦੇ ਚ ਜਿਹੜੀ ਐਨੂਅਲ ਗਰੋਥ ਹੋਣੀ ਹੈ ਹੁਣ ਤੋਂ ਲੈ ਕੇ ਗਾਂਹ ਤੱਕ 5-6 ਸਾਲਾਂ ਐਟ ਦਾ ਰੇਟ ਆਫ 8% ਇਹ ਸਾਰੀ ਦੁਨੀਆ 'ਚ ਹੈ ਫਿਰ ਆਪਾਂ ਦੇਖਾਂਗੇ ਵੀ ਇੰਡੀਆ ਇਹਦੇ 'ਚ ਕਿੱਥੇ ਆਉਂਦਾ ਇੰਡੀਆ 'ਚ ਵੀ ਇਹਦੇ ਜਿਹੜੇ ਚਾਂਸਿਸ ਹੈ ਗਰੋਥ ਦੇ ਉਹ ਬਹੁਤ ਗੁੱਡ ਹੈ ਹਾਂਜੀ ਇਹ ਜਿਹੜੇ ਲਾਸਟ 30 ਸਾਲ ਹੈ 1988 ਤੋਂ ਲੈ ਕੇ 2018 ਤੱਕ ਉਹ ਵਰਲਡ ਦੀ ਜਿਹੜੀ ਮਿਲਕ ਪ੍ਰੋਡਕਸ਼ਨ ਹੈ ਉਹ ਇਨਕਰੀਜ਼ ਕੀਤੀ ਹੈ 60% ਜੀ ਇਹ 530 million ਟਨ ਸੀਗੀ 1988 ਚ ਅੱਜ ਕੱਲ੍ਹ ਇਹ ਕੋਈ 900 million ਟਨ ਦੇ ਲਾਗੇ ਹੈ ਪਰ ਜਿਹੜੇ 2021 ਦੇ ਡੇਟੇ ਪ੍ਰੋਜੈਕਟ ਕੀਤੇ ਜਾ ਰਹੇ ਆ ਉਹ ਅਰਾਊਂਡ ਆਪਣੇ 900 million ਟਨ ਦੇ ਲਾਗੇ ਹੈ ਹੁਣ ਜਿਹੜਾ ਇੰਡੀਆ ਹੈ ਇਹਦੇ ਚੋਂ ਇਹ ਲਾਰਜੈਸਟ ਪ੍ਰੋਡਿਊਸਰ ਆਫ ਮਿਲਕ ਹੈ ਜੀ ਇਹਨੇ ਇਸ ਸਾਲ ਚ ਕੋਈ 200 million ਟਨ ਦੇ ਲਾਗੇ ਇੰਡੀਆ ਨੇ ਦੁੱਧ ਪ੍ਰੋਡਿਊਸ ਕਰਨਾ ਪਰ ਇਹ ਇੱਕ ਡਿਫਰੈਂਟ ਸਟੋਰੀ ਹੈ ਕਿ ਸਾਨੂੰ ਉਹਦੇ ਵਾਸਤੇ ਬਹੁਤ ਸਾਰੇ ਐਨੀਮਲ ਇੰਪਲੋਏ ਕਰਨੇ ਪੈਣੇ ਆ ਔਰ ਕਰਦੇ ਆ ਕਿਉਂਕਿ ਸਾਡੀ ਜਿਹੜੀ ਐਨੂਅਲ ਪੂਅਰ ਯੀਲਡ ਹੈ ਪਰ ਲੈਕਟੇਸ਼ਨ ਇਹ ਹੁੰਦਾ ਜਿਹਨੂੰ ਆਪਾਂ ਪੰਜਾਬੀ ਚ ਕਹਿੰਦੇ ਆ ਵੀ ਇਹ ਕਿੰਨਾ ਸੂਆ ਹੈ ਤੇ ਜਿਵੇਂ ਆਪਾਂ ਗਿਣਦੇ ਆ ਤੇ ਆਲਮੋਸਟ ਐਵਰੇਜ 270 ਦਾ ਗਿਣਿਆ ਜਾਂਦਾ ਔਰ ਮੱਝਾਂ ਵਿੱਚ ਡਰਾਈ ਪੀਰੀਅਡ ਜ਼ਿਆਦਾ ਹੁੰਦਾ ਘੱਟੋ ਘੱਟ ਕਈ ਵਾਰੀ ਤਾਂ 5 ਮਹੀਨੇ ਲੰਘ ਜਾਂਦੇ ਸੋ ਇਹ ਵੇਖਣਾ ਇਹ ਆ ਵੀ ਇਹ ਇੰਨੀ ਇਸ ਕਰਕੇ ਫਿਰ ਥੋੜ੍ਹੀ ਜਿਹੀ ਜਿਹੜੀ ਇਕਨੋਮਿਕਸ ਹੈ ਉਹ ਇੰਡੀਆ ਦੀ ਉਹ ਘੱਟ ਜਾਂਦੀ ਹੈ ਜੀ ਪਰ ਅੱਗੇ ਚੱਲ ਕੇ ਜਿਹੜਾ ਇੰਡੀਆ ਹੈ ਇਹ ਪ੍ਰੋਡਕਟਿਵਿਟੀ 'ਚ ਬਹੁਤ ਥੱਲੇ ਰੈਂਕ ਪਰ ਇਹ ਅਬਾਊਟ ਨੰਬਰ 30 'ਤੇ ਆ ਜਾਂਦਾ ਜਿਵੇਂ ਇੰਡੀਆ ਦੀਆਂ ਐਵਰੇਜ ਜਿਹੜੀ ਸਾਡੀ ਉੱਥੇ ਮਿਲਕ ਯੀਲਡ ਹੈ ਇਹ ਕੋਈ 1,000 ਤੋਂ 1,200 ਕਿਲੋ ਪਰ ਸਾਲ ਹੈ ਜੀ ਜੀ ਜਿਹੜੀ ਕਿ ਵਰਲਡ ਦੀ ਜਿਹੜੀ ਐਵਰੇਜ ਹੈ ਉਹ ਅਬਾਊਟ ਇਸ ਨਾਲੋਂ ਡਬਲ ਹੈ ਪਰ ਸਾਊਦੀ ਅਰੇਬੀਆ ਅਤੇ ਇਜ਼ਰਾਈਲ ਦੀ ਸਾਡੇ ਨਾਲੋਂ 10 times ਜ਼ਿਆਦਾ ਹੈ ਅਮਰੀਕਾ ਦੀ 9% ਜ਼ਿਆਦਾ ਅਤੇ ਯੂਰਪ ਦੀ ਯੂਰੋਪੀਅਨ ਯੂਨੀਅਨ ਦੀਆਂ ਕੰਟਰੀਆਂ ਦੀ ਕੋਈ 7 times ਸਾਡੇ ਨਾਲੋਂ ਬੈਟਰ ਹੈ ਹੁਣ ਦੇਖਣਾ ਇਹ ਹੈ ਬਈ 1970 ਤੋਂ ਲੈ ਕੇ ਜਿਹੜੀ ਮਿਲਕ ਇੰਡਸਟਰੀ ਦੀ
ਜਾਂ ਡੇਅਰੀ ਇੰਡਸਟਰੀ ਦੀ ਗਰੋਥ ਹੋਈ ਹੈ ਇਹ ਸਾਊਥ ਏਸ਼ੀਆ 'ਚ ਬਹੁਤ ਜ਼ਿਆਦਾ ਹੋਈ, ਜਿਹਦੇ ਵਿੱਚ ਆਪਾਂ ਇੰਡੀਆ ਵੀ ਆ ਜਾਂਦਾ ਅਤੇ ਚਾਈਨਾ ਵੀ ਆ ਜਾਂਦਾ। ਅੱਜ ਦੇ ਦਿਨ 'ਚ ਇੰਡੀਆ ਦੀ ਜਿਹੜੀ ਮਿਲਕ ਇੰਡਸਟਰੀ ਹੈ, ਡੇਅਰੀ ਇੰਡਸਟਰੀ, ਉਹ ਚਾਈਨਾ ਨਾਲੋਂ ਬੈਟਰ ਹੈ ਟੂ ਸਮ ਐਕਸਟੈਂਟ। ਪਰ ਇਹ ਬੜੀ ਸਲੋਸਟ ਰਹੀ ਅਫਰੀਕਨ ਕੰਟਰੀ 'ਚ, ਪਾਪੂਲੇਸ਼ਨ ਅਫਰੀਕਨ ਕੰਟਰੀ 'ਚ ਬਹੁਤ ਹੈ ਪਰ ਉਹ ਰਿਸੋਰਸ ਪੂਰ ਹੈ, ਕਲਾਈਮੇਟ ਉਹਨਾਂ ਦੀ ਐਡਵਰਸ ਹੈ, ਸੋਸ਼ਲ ਇਨਸਟੇਬਿਲਿਟੀਜ਼ ਹੈ, ਤੋ ਉਹ ਪਾਵਰਟੀ ਹੈ, ਇਸ ਕਰਕੇ ਇਹ ਉੱਥੇ ਇੰਨੀ ਗਰੋ ਨਹੀਂ ਹੋਈ। ਬਾਕੀ ਹੁਣ ਆਪਾਂ ਦੇਖਣਾ ਕਿ ਜਿਹੜੇ ਹਾਈਐਸਟ ਸਰਪਲਸ ਕੰਟਰੀਜ਼ ਆ ਮਿਲਕ ਦੇ, ਸਭ ਤੋਂ ਟਾਪ ਨਿਊਜ਼ੀਲੈਂਡ ਹੈ, ਇੰਨਾ ਛੋਟਾ ਕੰਟਰੀ ਹੈ, ਉਹ 5 ਮਿਲੀਅਨ ਲੋਕਾਂ ਤੋਂ ਵੀ ਉਹਦੀ ਗਿਣਤੀ ਘੱਟ ਹੈ ਪਰ ਉਹ ਮਿਲਕ ਬਹੁਤ ਪ੍ਰੋਡਿਊਸ ਕਰਦਾ। ਔਰ ਉਦੋਂ ਬਾਅਦ ਆਉਂਦਾ ਹੈ ਯੂਨਾਈਟਿਡ ਸਟੇਟਸ। ਇੱਕ ਮਿੰਟ ਬਾਜੀ, ਇੱਕ ਕੁਐਸਚਨ ਖੜਾ ਹੋ ਗਿਆ, ਜਦੋਂ ਤੁਸੀਂ ਨਿਊਜ਼ੀਲੈਂਡ ਦੀ ਗੱਲ ਕੀਤੀ ਸੀ, ਮੈਂ ਇੱਕ ਜਗ੍ਹਾ ਸਟੱਡੀ ਵੀ ਕੀਤਾ ਸੀਗਾ ਆਸਟ੍ਰੇਲੀਆ ਦਾ ਵੀ, ਅਤੇ ਇੱਕ ਆਪਣੇ ਛੋਟੀ ਜਿਹੀ ਕੰਟਰੀ ਹੈ ਬੁਲਗਾਰੀਆ ਯੂਰਪ ਦੇ ਵਿੱਚ ਇਹਨਾਂ। ਚਲੋ ਆਪਾਂ ਇਕੱਲੀ ਜਿਹੜੀ ਤੁਸੀਂ ਗੱਲ ਕੀਤੀ ਹੈ ਨਿਊਜ਼ੀਲੈਂਡ ਦੀ, ਪਾਪੂਲੇਸ਼ਨ ਥੋੜ੍ਹੀ ਹੈ, ਮਿਲਕ ਬਹੁਤ ਜ਼ਿਆਦਾ ਪ੍ਰੋਡਿਊਸ ਕਰਦਾ ਹੈ, ਕਿ ਇਨਵਾਇਰਮੈਂਟ ਦਾ ਵੀ ਕੋਈ ਇਹਦੇ ਵਿੱਚ ਹੱਥ ਹੋ ਸਕਦਾ ਹੈ, ਜਾਂ ਫਿਰ ਫੀਡ ਦਾ ਕੋਈ ਹੈਗਾ, ਜਾਂ ਲੋਕਾਂ ਨੇ ਇੰਪਲੋਇਮੈਂਟ ਦਾ ਸਾਧਨ ਹੀ ਇਹ ਰੱਖਿਆ ਹੋਇਆ ਰੂਰਲ ਜਿਹੜਾ ਨਿਊਜ਼ੀਲੈਂਡ ਦੇ ਵਿੱਚ? ਉਹਦੇ ਵਿੱਚ ਜਿਹੜੇ ਉਹਨਾਂ ਦੇ ਫੂਡ ਦੇ ਰਿਸੋਰਸਿਸ ਉਹ ਵੀ ਬੈਟਰ ਹੈ ਜੀ, ਬਹੁਤ ਸਾਰੀ ਲਾਰਜ ਸਕੇਲ 'ਚ ਉਹਨਾਂ ਦੀ ਗਰੇਜ਼ਿੰਗ ਲੈਂਡਸ ਹੈ, ਐਨੀਮਲ ਜਿਹੜੇ ਹੈ ਉਹ ਹਾਈ ਯੀਲਡਿੰਗ ਹੈ, ਉਹਨਾਂ ਦੀ ਜਿਹੜੀ ਆਪਣੀ ਡੋਮੈਸਟਿਕ ਕੰਜ਼ੰਪਸ਼ਨ ਹੈ ਉਹ ਬਹੁਤ ਘੱਟ ਹੈ, ਕਿਉਂਕਿ ਉੱਥੇ ਦਾ ਜਿਹੜਾ ਨੰਬਰ ਆਫ ਐਨੀਮਲਸ ਹੈ ਉਹ ਕਿਤੇ ਜ਼ਿਆਦਾ ਹੈ ਉਹਨਾਂ ਦੀ ਗਿਣਤੀ ਨਾਲੋਂ, ਉਹਨਾਂ ਨੇ ਨਾ ਆਪਣੀ ਇੱਕ ਇਕਾਨਮੀ ਦਾ ਸਾਧਨ ਬਣਾਇਆ, ਜਿੰਨੇ ਉਹ ਜੇ ਉਹ $3 ਅਰਨ ਕਰਦੇ ਆ ਨਿਊਜ਼ੀਲੈਂਡ ਵਾਲੇ, ਤੇ ਉਹਨਾਂ ਦਾ ਜਿਹੜਾ $1 ਆ ਉਹਦੇ 'ਚ ਉਹ ਡੇਅਰੀ ਇੰਡਸਟਰੀ 'ਚੋਂ ਆਉਂਦਾ। ਫਿਰ ਹੁਣ ਅੱਗੇ ਚੱਲ ਕੇ ਇੰਡੀਆ ਦੋ, ਤੁਹਾਨੂੰ ਪਹਿਲਾਂ ਆਪਾਂ ਕਿਹਾ ਵੀ ਲਾਰਜੈਸਟ ਪ੍ਰੋਡਿਊਸਰ ਹੈ ਪਰ ਯੀਲਡ ਉਹਨਾਂ ਦੀ ਬੜੀ ਘੱਟ ਆ, ਉਦੋਂ ਬਾਅਦ ਫਿਰ ਨੰਬਰ 2 ਤੇ ਅਮੈਰੀਕਾ ਆਉਂਦਾ, ਉਦੋਂ ਬਾਅਦ ਆਪਣਾ ਪਾਕਿਸਤਾਨ ਆ ਜਾਂਦਾ। ਹੁਣ ਨਿਊਜ਼ੀਲੈਂਡ ਜਿਹੜਾ ਤੁਹਾਨੂੰ ਮੈਂ ਦੱਸਿਆ ਵੀ ਇਹ ਅਬਾਊਟ $6 ਬਿਲੀਅਨ ਦੇ ਇਹ ਜਿਹੜੇ ਡੇਅਰੀ ਪ੍ਰੋਡਕਟ ਹੈ ਇਹ ਐਕਸਪੋਰਟ ਕਰਦੇ ਆ, ਔਰ ਇਹਨਾਂ ਦੀ ਐਕਸਪੋਰਟ ਦਾ ਉਹ ਇੱਕ ਬਹੁਤ ਚੰਗਾ ਹਿੱਸਾ। ਹੁਣ ਜਿਹੜੇ ਗਲੋਬਲ ਐਕਸਪੋਰਟਸ ਹੁੰਦੀ ਆ ਮਿਲਕ ਦੀ, ਉਹ ਕੋਈ 80 ਮਿਲੀਅਨ ਟਨ ਆਏ ਸਾਲ ਹੁੰਦੀ ਹੈ, ਇਹ 10% ਆਫ ਦਾ ਡੇਅਰੀ ਪ੍ਰੋਡਕਟ ਹੈ, ਇਹਦਾ ਮਤਲਬ ਜਿਹੜੇ ਡੇਅਰੀ ਪ੍ਰੋਡਕਟ ਹੈ ਉਹ 800 ਮਿਲੀਅਨ ਟਨ ਦੇ ਲਾਗੇ ਐਕਸਪੋਰਟ ਹੁੰਦੇ ਆ। ਬਾਕੀ ਹੁਣ ਤੁਸੀਂ ਦੇਖ ਲਓ ਵੀ ਸਾਰੀ ਦੁਨੀਆ ਦੀ ਉਹ ਡੋਮੈਸਟਿਕ ਨੀਡਸ ਵੀ ਪੂਰੀਆਂ ਕਰਦੇ ਆ ਤੇ ਫਿਰ ਇੱਥੇ ਆਉਂਦਾ। ਹੁਣ ਜਿਹੜਾ ਚਾਈਨਾ ਹੈ ਉਹ ਲਾਰਜੈਸਟ ਇੰਪੋਰਟਰ ਹੈ ਮਿਲਕ, ਇੰਡੀਆ ਦਾ ਜਿਹੜੇ ਜੀ 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 ਇੰਡੀਆ ਦੇ ਜਿਹੜੇ ਲਾਰਜੈਸਟ ਬਾਇੰਗ ਕੰਟਰੀਜ਼ ਹੈ ਉਹ ਯੂਨਾਈਟਿਡ ਅਰਬ ਐਮੀਰੇਟਸ ਹੈ, ਜਿਹੜੇ ਆਪਣੇ ਵੈਸੇ ਨੇੜੇ ਵੀ ਪੈਂਦੇ ਆ। ਹਾਂਜੀ ਹਾਂਜੀ, ਤੇ ਉੱਥੇ ਇੰਡੀਆ ਦੇ ਗੁਆਂਢ ਬੜੀ ਮਾਰਕੀਟ ਹੈ, ਤੋ ਇਸ ਚੀਜ਼ ਨੂੰ ਇਹਨਾਂ ਨੂੰ ਚੰਗੀ ਤਰ੍ਹਾਂ ਦੇਖਣਾ ਚਾਹੀਦਾ। ਜੀ 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 ਬਾਜਵਾ ਸਾਹਿਬ, ਆਪਾਂ ਅੱਗੇ ਵੱਧਦੇ ਹਾਂ ਇਹਦੇ ਵਿੱਚ, ਆਪਣੇ ਵਰਥ ਕਿੰਨੀ ਆ ਟੋਟਲ ਵਰਥ ਵਰਲਡ ਦੀ, ਅਤੇ ਉਦੋਂ ਬਾਅਦ ਇੰਡੀਆ 'ਤੇ ਆਉਂਦੇ ਹਾਂ, ਫਿਰ ਉਸ ਤੋਂ ਬਾਅਦ ਆਪਾਂ ਪੰਜਾਬ 'ਤੇ ਵੀ ਆਵਾਂਗੇ, ਪਰ ਆਪਾਂ ਰੁਕਣਾ ਪੈ ਰਿਹਾ ਇੱਕ ਛੋਟੀ ਜਿਹੀ ਬ੍ਰੇਕ ਲਈ। ਦਰਸ਼ਕੋ, ਸਾਡੇ ਨਾਲ ਬਣੇ ਹੋਏ ਨੇ ਮਾਨਯੋਗ ਡਾਕਟਰ ਇਸ਼ਪਾਲ ਸਿੰਘ ਬਾਜਵਾ, ਬੜਾ ਸੋਹਣਾ ਇਲੈਬਰੇਟ ਕਰ ਰਹੇ ਨੇ ਡੇਅਰੀ ਇੰਡਸਟਰੀ ਬਾਰੇ। ਆਪਾਂ ਰੁਕਣਾ ਪੈ ਰਿਹਾ ਇੱਕ ਛੋਟੀ ਜਿਹੀ ਬ੍ਰੇਕ ਲਈ, ਇੱਦਾਂ ਹੀ ਬਣੇ ਰਹੋ ਜਸ ਪੰਜਾਬੀ 'ਤੇ। ਸਵਾਗਤ ਜੀ ਤੁਹਾਡਾ ਸਾਰਿਆਂ ਦਾ ਫਿਰ ਪ੍ਰੋਗਰਾਮ ਓਪਨ ਪਲੈਟਫਾਰਮ ਦੇ ਵਿੱਚ। ਦਰਸ਼ਕੋ, ਆਪਣੇ ਨਾਲ ਬਣੇ ਹੋਏ ਨੇ ਮਾਨਯੋਗ ਡਾਕਟਰ ਇਸ਼ਪਾਲ ਸਿੰਘ ਬਾਜਵਾ ਜੀ। ਬਾਜਵਾ ਸਾਹਿਬ, ਇੱਥੇ ਕੁਐਸਚਨ ਖੜਾ ਹੋ ਜਾਂਦਾ, ਆਪਾਂ ਇੰਡੀਆ 'ਤੇ ਆ ਜਾਂਦੇ ਦੁਬਾਰਾ, ਕੁਐਸਚਨ ਇਹ ਖੜਾ ਹੋ ਜਾਂਦਾ ਬਾਜਵਾ ਸਾਹਿਬ ਕਿ ਤੁਸੀਂ ਰੂਰਲ ਰਾਜਸਥਾਨ ਚਲੇ ਜਾਓ, ਬਹੁਤ ਲੋਕ ਹੈ ਜਿਹੜੇ ਸੈਂਕੜਿਆਂ ਦੇ ਹਿਸਾਬ ਨਾਲ ਭੇਡਾਂ ਅਤੇ ਬੱਕਰੀਆਂ ਪਾਲਦੇ, ਇਹੀ ਉਹਨਾਂ ਦਾ ਧੰਦਾ ਇਹੀ ਹੈ, ਉਹ ਪ੍ਰੋਡਿਊਸ ਕਰਦੇ ਮਿਲਕ, ਉਸ ਤੋਂ ਬਾਅਦ ਸ਼ਾਇਦ ਲਾਈਫ ਸਟਾਕ ਵੱਲ ਵੀ ਜਾਂਦੇ ਹੋਣਗੇ ਉਸ ਤੋਂ ਬਾਅਦ, ਪਰ ਜੇ ਉਹਨੂੰ ਉਹਦੀ ਪਾਪੂਲੇਸ਼ਨ ਵਧਾ ਦਿੱਤੀ ਜਾਵੇ ਵੀ ਉਹਨਾਂ ਨੇ ਕਿਹੜਾ ਖੇਤ ਰੱਖੇ ਹੁੰਦੇ ਆ, ਉਹਨਾਂ ਦੇ ਕਿਹੜਾ ਆਪਦੇ ਫਾਰਮ ਹਾਊਸਿਸ ਹੈ ਜਿੱਥੇ ਉਹ ਆਪਦਾ ਚਰ ਸਕਦੇ, ਉਹ ਬਾਹਰ ਚਰਾਉਣ ਲਈ ਆਉਂਦੇ ਆ, ਅਤੇ ਮੇਰਾ ਕੁਐਸਚਨ ਇਹ ਹੈ ਜਿਹੜੇ ਚਰਵਾਹੇ ਆ ਜਿਹੜੇ ਉਹ ਕੰਮ ਕਰਦੇ, ਜੇ ਇੱਕ ਬੰਦਾ 100 ਬੱਕਰੀਆਂ ਰੱਖ ਸਕਦਾ ਅਤੇ ਉਹਨੂੰ ਉਹ ਲੈ ਬਾਹਰ ਚਰਾ ਕੇ ਲਿਆਉਂਦਾ ਆ, ਠੀਕ ਹੈ, ਓਪਨ ਫੀਲਡ ਦੇ ਵਿੱਚ, ਸ਼ਾਮ ਨੂੰ ਆ ਕੇ ਉਹਨਾਂ ਦਾ ਦੁੱਧ ਚੋ ਕੇ ਅਤੇ ਉਹ ਵੇਚ ਦਿੰਦਾ ਹੈ, ਕਿ ਉਹ 200-300 ਨਹੀਂ ਰੱਖ ਸਕਦਾ, ਉਹਦੇ ਵਿੱਚ ਕੀ ਕਾਰਨ ਹੈ? ਦੇਖੋ ਜੀ, ਉਹ ਟਾਈਮ ਟੂ ਟਾਈਮ ਜਿਹੜੇ ਉਹ ਮਾਰਜਨਲ ਅਤੇ ਸਮਾਲ ਫਾਰਮਰ ਸੀਗੇ, ਮੈਨੂੰ ਪੰਜਾਬ ਦਾ ਤਜਰਬਾ ਹੈ, ਜਿਵੇਂ ਸਾਡਾ ਕੰਢੀ ਏਰੀਆ ਹੈ, ਇਹ ਜਿਹੜੀ ਲੋਅਰ ਬੈਲਟ ਹੈ ਆਪਣੀ ਪਹਾੜਾਂ ਦੀ, ਆਲ ਅਲਾਂਗ ਫਰਾਮ ਹੁਸ਼ਿਆਰਪੁਰ ਤੋਂ ਲੈ ਕੇ ਅੱਗੇ ਨੂੰ ਆ ਜਾਈਦਾ, ਉਹ ਪ੍ਰੋਜੈਕਟ ਕੰਟਰੀ ਨੇ ਬਹੁਤ ਬਣਾਏ ਹੈ, ਪਰ ਇਹ ਵੀ ਬਈ ਇੰਨੇ ਬੰਦੇ ਉਹ ਥੋੜ੍ਹੇ
एनिमल गिनती च सबसिडाइज करते हैं और फिर भी जिनी साड़ी पापुलेशन है उन्हों ये जेड़े अनऑर्गनाइज्ड ये तुरे फिरन वाले जेड़े हर्ड हैं वो साड़ी ये दुध की डिमांड नू पूरा नहीं कर सकते, पर वो जिन्ने लोग है गए जिवें तुसीं दस्सिया राजस्थान च वो लोग अपना गुजारा कर लेंगे थोड़ा बहुत उन्हां को प्रोडक्ट जिवें गोट मिल्क है उहदी कीमत मार्केट बहुत ज़्यादा जी जी वो मझ ते गां नालों उहदी क्योंकि उहदी मेडिसिनल वैल्यू है। हुण अज दे दिन च इंडिया दे विच 1,30,000 मिल्क कोऑपरेटिव्स हैं ऑल ओवर इंडिया। गुजरात च इन्हां दा नंबर सब तो ज़्यादा और गुजरात च 20% जिहड़ी स्टेट दे लोकां दी इनकम है वो डेयरी तों। और तुहानूं दस्सदा कि अमूल अमूल डेयरी जिहड़ी है ना ਉਥੋਂ ਗੁਜਰਾਤ ਦੀ ਆ ਆਨੰਦ ਸ਼ਹਿਰ ਦੇ ਵਿੱਚ ਉਹਦਾ ਔਰ ਇੱਕ ਉੱਥੇ ਹੋਰ ਡੈਰੀ ਹੈ ਜਿਹੜੀ 1963 ਚ ਖੁੱਲੀ ਸੀ ਉਹਨੂੰ ਉਹ ਕਹਿੰਦੇ ਆ ਦੁੱਧ ਸਾਗਰ ਜੀ ਦੁੱਧ ਸਾਗਰ ਬਈ ਓਸ਼ਨ ਆਫ ਮਿਲਕ ਉਹਦੇ ਵਿੱਚ ਉਹ ਦਿਹਾੜੀ ਦਾ ਐਵਰੀ ਡੇ 14,00,000 ਕਿਲੋ ਮਿਲਕ ਜਿਹੜਾ ਉਹ ਪ੍ਰੋਸੈਸ ਕਰਦੇ ਆ ਪਰ ਉਹ ਕੋਈ ਆਪਣੇ 4,50,000 ਪ੍ਰੋਡਿਊਸਰ ਤੋਂ ਇਕੱਠਾ ਕਰਕੇ ਲਿਆਉਂਦੇ ਆ 1,200 ਪਿੰਡਾਂ 'ਚ ਉਹਨਾਂ ਦਾ ਜਿਹੜਾ ਨੈਟਵਰਕ ਉਹ ਫੈਲਿਆ। ਉਹ ਜਿਹੜਾ ਇੰਡੀਆ ਦੇ ਵਿੱਚ ਜਿਹੜੀ ਡੇਅਰੀ ਦੀ ਡਿਮਾਂਡ ਆ ਬਹੁਤ ਵੱਧ ਰਹੀ ਹੈ। ਗੌਰਮੈਂਟ ਨੂੰ ਸਟੇਟ ਗੌਰਮੈਂਟਾਂ ਨੂੰ ਇਹਦੇ ਵਿੱਚ ਧਿਆਨ ਦੇਣਾ ਚਾਹੀਦਾ ਹੈ। ਇਹਨਾਂ ਦੀ ਜਿਹੜੀ ਡਿਮਾਂਡ ਹੈ ਸਾਡੇ ਇੰਡੀਆ ਦੀ ਖੁਦ ਦੀ ਉਹ ਸਾਡੀ ਕੋਈ 2030 ਤੱਕ ਸਾਡੀ ਖੁਦ ਦੀ ਡਿਮਾਂਡ ਜਿਹੜੀ ਹੈ ਉਹ 300 ਮਿਲੀਅਨ ਟਨ ਦੀ ਹੋ ਜਾਣੀ ਹੈ ਜਿੱਦਾਂ ਪਾਪੂਲੇਸ਼ਨ ਵੱਧ ਰਹੀ ਹੈ। ਬੇਸਿਕਲੀ ਇਨਡਾਇਰੈਕਟਲੀ ਬਾਜਵਾ ਸਾਹਿਬ ਤੁਸੀਂ ਇਹ ਕਹਿ ਰਹੇ ਹੋ ਕਿ ਜਿੱਥੇ ਤੱਕ ਮੈਂ ਸਮਝਿਆ ਕਿ ਜੇ ਗੌਰਮੈਂਟ ਇਸ ਚੀਜ਼ਾਂ 'ਤੇ ਸਬਸਿਡੀ ਦੇਣੀ ਸ਼ੁਰੂ ਕਰ ਦੇਵੇ ਇੱਕ ਤਾਂ ਲੋਕਾਂ ਕੋਲ ਕਾਰੋਬਾਰ ਆਏਗਾ, ਦੂਜਾ ਆਪਣੀ ਜਿਹੜੀ ਮਿਲਕ ਦੀ ਜਿਹੜੀ ਪ੍ਰੋਡਕਸ਼ਨ ਹੋਊਗੀ ਉਹ ਜ਼ਿਆਦਾ ਵਧੂਗੀ। ਐਮ ਆਈ ਕਰੈਕਟ? ਬਿਲਕੁਲ ਠੀਕ ਹੈ। ਅੱਜ ਦੇ ਦਿਨ 'ਚ 2021 'ਚ ਮੈਂ ਕਿਤੇ ਪੜ੍ਹਦਾ ਸੀ ਜੀ ਵੀ ਗੌਰਮੈਂਟ ਆਫ ਇੰਡੀਆ ਨੇ 15,000 ਕਰੋੜ ਜਿਹੜਾ ਹੈ ਉਹ ਇੰਜੈਕਟ ਕੀਤਾ ਇੰਡੀਅਨ ਡੇਅਰੀ ਇੰਡਸਟਰੀ। ਹੁਣ ਦੇਖਣ ਦੀ ਇਹ ਗੱਲ ਹੈ ਵੀ ਕਿਹੜੀ ਸਟੇਟ ਨੂੰ ਕਿੰਨਾ ਮਿਲਦਾ, ਪਰ ਇਹ 15,000 ਇਹਦੇ 'ਚ ਇੰਡਕਟ ਕੀਤਾ ਗਿਆ। ਪਰ ਸਾਡੇ ਹੋਰ ਬਹੁਤ ਪ੍ਰੋਬਲਮ ਹੈ ਇੰਡੀਆ ਦੀ ਡੇਅਰੀ ਜਿਹੜੀ ਸਾਡੀ ਅਗਰ 100% ਦੁੱਧ ਗਿਣੀਏ ਤਾਂ 75% ਸਾਡਾ ਜਿਹੜਾ ਹੈ ਉਹ ਅਨਆਰਗਨਾਈਜ ਸੈਕਟਰ 'ਚ ਹੁੰਦਾ, 25% ਸਿਰਫ ਪ੍ਰੋਸੈਸਿੰਗ 'ਚ ਜਾਂਦਾ ਹੈ ਜਿੱਥੇ ਮਿਲਕ ਪਲਾਂਟ ਹੈ ਜਿਹੜੇ ਫਿਰ ਉਹ ਅੱਗੋਂ ਟੋਨਡ ਮਿਲਕ ਬਣ ਗਿਆ, ਡਬਲ ਟੋਨਡ ਮਿਲਕ ਬਣ ਗਿਆ, ਰੀਕਾਂਸਟੀਚਿਊਟਿਡ ਮਿਲਕ ਬਣ ਗਿਆ, ਮਿਲਕ ਪਾਊਡਰ ਬਣ ਗਿਆ, ਪਰ ਉਹ ਜਿਹੜਾ 75% ਹੈ ਉਹ ਤਾਂ ਡਾਇਰੈਕਟ ਕੱਚਾ ਪੱਕਾ ਜਿਹੜਾ ਹੈ ਉਵੇਂ ਜਾਂਦਾ, ਉਹਦੇ ਨਾਲ ਬਹੁਤ ਵੱਡਾ ਪ੍ਰੋਡਕਟ ਲਾਸ ਹੁੰਦਾ ਔਰ ਉਹ ਜਿਹੜੀ ਫਿਰ ਡੇਅਰੀ ਇੰਡਸਟਰੀ ਦੀ ਇਨਕਮ ਆ ਉਹ ਘੱਟ ਜਾਂਦੀ ਹੈ। ਪਰ ਜਿਹੜੀ ਗੌਰਮੈਂਟ ਵੀ ਹੈ ਉਹ ਵੀ ਹੈਲਪਲੈਸ ਹੈ ਕਿਉਂਕਿ ਜਿਹੜੇ ਸਾਡੇ ਵੈਂਡਰਸ ਹੈ, ਮੈਂ ਪੰਜਾਬ ਦੀ ਐਗਜ਼ਾਮਪਲ ਦਿੰਦਾ, ਇੱਕ ਵਾਰੀ ਮੈਂ ਉੱਥੇ 2007-08 ਦੀ ਗੱਲ ਹੈ ਇਵੇਂ ਕਿਹਾ ਵੀ ਆਪਾਂ ਇਹਨੂੰ ਇੰਡਸਟਰੀ 'ਚ ਹੋਰ ਲਾਈਏ, ਪਰ ਉਹ ਜਿਹੜੇ ਵੈਂਡਰ ਸੀ ਉਹ 3,00,000 ਵੈਂਡਰ ਹੈ ਪੰਜਾਬ, ਉਹ ਹੜਤਾਲ ਕਰ ਦਿੰਦੇ ਆ ਉਹ ਫਿਰ ਵੋਟ ਪਾਲਿਟਿਕਸ ਆ ਜਾਂਦੀ ਹੈ। ਤੋ ਇਸ ਕਰਕੇ ਅਗਰ ਗਵਰਨਮੈਂਟ ਨੂੰ ਇਹਨਾਂ ਦੇ ਉੱਤੇ ਉੱਠ ਕੇ ਕੰਮ ਕਰਨਾ ਪਏਗਾ। ਮੇਰਾ ਇੱਕ ਸੁਝਾਵ ਹੈ ਉਦੋਂ ਵੀ ਦਿੱਤਾ ਸੀ ਕਿ ਜਿਹੜੇ ਵੈਂਡਰਸ ਹੈ ਲੋਕਾਂ ਕੋਲੋਂ ਦੁੱਧ ਇਕੱਠਾ ਕਰਦੇ, ਅਖੀਰ ਇਹਨਾਂ ਨੇ ਹਰ ਇੱਕ ਬੰਦੇ ਨੇ 50-100 ਕਿਲੋ ਦੁੱਧ ਹੀ ਰੋਜ਼ ਵੇਚਣਾ ਹੁੰਦਾ, ਇਹਦੇ ਨਾਲ ਇਹਨਾਂ ਨੂੰ ਮਿਲਕ ਪਲਾਂਟਾਂ ਤੋਂ ਇਹਨਾਂ ਨੂੰ ਪਰਮਿਟ ਦੇ ਦਿੱਤੇ ਜਾਣ, ਉਹਨਾਂ ਕੋਲ ਸਗੋਂ ਥੋੜ੍ਹੀ ਜਿਹੀ ਸਿਕਿਉਰਿਟੀ ਵੀ ਇਕੱਠੀ ਕਰ ਲਈ ਜਾਏ ਜਿਹੜੀ ਉਹਨਾਂ ਦੀ ਸਿਕਿਉਰਿਟੀ ਲਾਇਸੈਂਸ ਫੀ ਮੁੜ ਕੇ ਰਿਟਰਨੇਬਲ ਹੋਵੇ ਜਦੋਂ ਉਹ ਆਪਣੇ ਪ੍ਰੋਫੈਸ਼ਨ 'ਚੋਂ ਨਿਕਲ ਜਾਣ, ਉਹਨਾਂ ਦੇ ਪੈਸੇ ਮੋੜ ਦਿੱਤਾ। ਹੁਣ 3,00,000 ਬੰਦੇ ਨੂੰ ਜੇ ਅਸੀਂ ਵੈਂਡਰਸ ਬਣਾਈਏ ਐਟ ਸਮ ਗਿਵਨ ਫੀਸ, ਕਿੰਨਾ ਇੱਕ ਕੈਪੀਟਲ ਇਕੱਠਾ ਹੋ ਸਕਦਾ ਸਟੇਟ ਵਾਸਤੇ। ਔਰ ਜਿਹੜੀ ਤੁਸੀਂ ਪਹਿਲਾਂ ਗੱਲ ਕੀਤੀ ਸੀ ਅਡਲਟਰੇਸ਼ਨ ਨੂੰ ਮਿਲਕ 'ਚ ਕੰਟਰੋਲ ਕਰਨ ਦਾ, ਗੁਰਲਾਲ ਜੀ ਇੱਕੋ ਹੀ ਤਰੀਕਾ ਹੈ ਜੇ ਇਹਨਾਂ ਨੂੰ ਪ੍ਰੋਸੈਸ ਮਿਲਕ ਪਲਾਂਟਾਂ ਦੇ ਥਰੂ ਕੀਤਾ ਜਾਏ, ਈਚ ਐਂਡ ਐਵਰੀ ਆਊਂਸ ਆਫ ਮਿਲਕ ਜਿਹੜਾ ਉਹ ਟੈਸਟ ਕੀਤਾ ਜਾਏ ਮੁੜ ਕੇ ਪ੍ਰੋਸੈਸ ਹੋਏ। ਤੁਸੀਂ ਗੱਲ ਬਹੁਤ ਸੋਹਣੀ ਕਹੀ ਕਿ ਇੱਦਾਂ ਨਾਲੇ ਤਾਂ ਇੰਪਲੋਇਮੈਂਟ ਵਧੂਗੀ ਕਿਉਂਕਿ ਜਦੋਂ ਪ੍ਰੋਸੈਸ ਹੋਊਗਾ ਕਿਸੇ ਫੈਕਟਰੀ 'ਚ ਹੋਊਗਾ ਉੱਥੇ ਬੰਦੇ ਕੰਮ ਕਰਨਗੇ, ਨੌਕਰੀਆਂ ਮਿਲਣਗੀਆਂ, ਪਰ ਗੱਲ ਉੱਥੇ ਇਹ ਆ ਜਾਂਦੀ ਹੈ ਕਿੱਥੇ ਰਾਅ ਮਿਲਕ ਅਵੇਲੇਬਲ ਹੀ ਨਹੀਂ ਗਾ ਐਡੀ ਵੱਡੀ ਪਾਪੂਲੇਸ਼ਨ ਨੂੰ। ਜਿੱਦਾਂ ਤੁਸੀਂ ਕਿਹਾ ਕਿ ਕੋਈ ਪਾਈਆ ਦੁੱਧ ਵੀ ਜਿਹੜਾ ਹੈਗਾ ਆ ਜੇ ਗਰੀਬ ਆਦਮੀ ਨੇ ਆਪਣੇ ਬੱਚਿਆਂ ਨੂੰ ਪਿਆਉਣਾ ਹੋਵੇ ਤਾਂ ਉਹ ਕੇਪੇਬਲ ਨਹੀਂ ਗਾ ਇੰਨਾ, ਫਿਰ ਆਪਾਂ ਕਿੱਥੋਂ ਸਟੋਰ ਕਰਕੇ ਉਹਨੂੰ ਆਪਾਂ
कर लांगे, प्रोसेस किदां कर लांगे, तां प्रोसेसिंग दे विच वी खर्चा होना, चलो ओह तां कोई वड्डा कारखानेदार ला लो उहदे च इस तरां है जी भाई, मिल्क दी अवेलेबिलिटी तां हैगी है, वो ठीक है कि जिहड़ी साडी डोमेस्टिक डिमांड बहुत है पर लोग गरीब होण करके उहनूं ओह यूज नहीं कर सकते, पर इस सरकमस्टांसिस दे थल्ले सानूं अडल्ट्रेटेड जिहड़ा मिल्क है ਉਹ ਭਾਵੇਂ ਕੋਈ ਬੰਦਾ ਦੋ ਛਟਾਂਕਾਂ ਲੈਂਦਾ ਹੈ, ਇੱਕ ਪਾ ਲੈਂਦਾ ਹੈ, ਉਹਨੂੰ ਜਿਹੜਾ ਦੁੱਧ ਹੈ ਉਹ ਹੋਲਸਮ ਮਿਲਣਾ ਚਾਹੀਦਾ, ਜਿਹਦੇ ਵਿੱਚ ਕੋਈ ਮਿਲਾਵਟ ਯੂਰੀਆ ਦੀ, ਡਿਟਰਜੈਂਟਸ ਦੀ, ਕਈ ਤਰ੍ਹਾਂ ਦੀਆਂ ਮਿਲਾਵਟਾਂ ਜਿਹੜੀਆਂ ਉਹ ਹੋ ਰਹੀਆਂ ਉਹ ਨਹੀਂ ਹੋਣੀਆਂ ਚਾਹੀਦੀਆਂ। ਜੀ 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 ਬਾਜਵਾ ਸਾਹਿਬ, ਗੱਲ ਫਿਰ ਆਪਾਂ ਨਾ ਇੱਕ ਬ੍ਰੇਕ ਲੈਂਦੇ ਹਾਂ, ਗੱਲ ਮੈਨੂੰ ਉਹ ਫਿਰ ਸਮਝਾਇਓ ਕਿ ਇੱਕ ਤਾਂ ਪਿਓਰਟੀ 'ਤੇ ਗੱਲ ਕਰਾਂਗੇ ਕਿਉਂਕਿ ਮਿਠਾਈਆਂ ਦੀਪਾਵਲੀ ਦੇ ਵਿੱਚ ਕੰਜ਼ੰਪਸ਼ਨ ਬੜੀ ਵੱਧ ਜਾਂਦੀ ਹੈ ਦੁੱਧਾਂ ਦੀ ਅਤੇ ਦੁੱਧ ਦੀ, ਅਤੇ ਉਸ ਤੋਂ ਬਾਅਦ ਆਪਾਂ ਇੱਕ ਵਿਆਹਾਂ ਦੀ ਗੱਲ ਕਰਾਂਗੇ, ਉਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਕਿ ਜੇ ਇੰਡਸਟਰੀ, ਜਿੱਦਾਂ ਮੈਂ ਪਹਿਲਾਂ ਗੱਲ ਕੀਤੀ ਸੀ, ਜੇ ਇੰਡਸਟਰੀ ਲਾਈ ਜਾਵੇ, ਮੰਨ ਲਓ ਇੱਕ ਜ਼ਿਮੀਂਦਾਰ 100 ਗਾਈਆਂ ਰੱਖ ਲੈਂਦਾ ਹੈ, ਉਹਨੂੰ ਬੰਦੇ ਚਾਹੀਦੇ ਹੋਣਗੇ ਸੰਭਾਲਣ ਨੂੰ, ਅਤੇ ਗਾਂ ਫਿਰ ਉਹ ਕਿਸੇ ਫੈਕਟਰੀ ਨੂੰ ਦਿੰਦਾ ਹੈ, ਉੱਥੇ ਬੰਦੇ ਚਾਹੀਦੇ ਹੋਣਗੇ, ਕਹਿਣ ਦਾ ਮਤਲਬ ਹੈ ਤਾਂ ਪ੍ਰੋਡਕਸ਼ਨ ਹੀ, ਇਨਕਮ ਆਊਗੀ ਹਰੇਕ ਨੂੰ, ਅਤੇ ਉਹ ਚੀਜ਼ਾਂ ਜ਼ਿਆਦਾ ਮਾਰਕੀਟ ਵਿੱਚ ਅਵੇਲੇਬਲ ਹੋਣਗੀਆਂ ਕਿ ਨਹੀਂ ਹੋਣਗੀਆਂ, ਅਤੇ ਉਹ ਜੇ ਜ਼ਿਆਦਾ ਹੋਣਗੀਆਂ ਤਾਂ ਤੁਹਾਡਾ ਰੇਟ ਵੀ ਘਟੂਗਾ, ਆਮ ਬੰਦਾ ਖਾ ਪੀ ਵੀ ਸਕਦਾ, ਆਪਣੇ ਪਰਿਵਾਰ ਨੂੰ ਖਵਾ ਸਕਦਾ। ਇਹਦੇ ਉੱਤੇ ਤੁਸੀਂ ਇਲੈਬਰੇਟ ਕਰਿਓ, ਪਰ ਆਪਾਂ ਰੁਕਦੇ ਹਾਂ ਇੱਕ ਛੋਟੀ ਜਿਹੀ ਬ੍ਰੇਕ ਲਈ। ਦਰਸ਼ਕੋ, ਸਾਡੇ ਨਾਲ ਜੁੜੇ ਹੋਏ ਨੇ ਮਾਣਯੋਗ ਰਿਸ਼ਪਾਲ ਸਿੰਘ ਬਾਜਵਾ ਜੀ, ਬਹੁਤ ਹੀ ਸੋਹਣਾ ਇਲੈਬਰੇਟ ਕਰ ਰਹੇ ਨੇ ਡਾਕਟਰ ਸਾਹਿਬ ਡੇਅਰੀ ਪ੍ਰੋਡਕਟ ਦੇ ਉੱਤੇ, ਖਾਸ ਕਰਕੇ ਇੰਡੀਆ 'ਤੇ ਆਪਾਂ ਗਾ ਪੰਜਾਬ 'ਤੇ ਵੀ ਚੱਲਦੇ ਹਾਂ, ਪਰ ਆਪਾਂ ਰੁਕਣਾ ਪੈ ਰਿਹਾ ਇੱਕ ਛੋਟੀ ਜਿਹੀ ਬ੍ਰੇਕ ਲਈ। ਇੱਦਾਂ ਬਣੇ ਰਹੋ ਜਸ ਪੰਜਾਬੀ 'ਤੇ। ਸਵਾਗਤ ਜੀ ਤੁਹਾਡਾ ਸਾਰਿਆਂ ਦਾ ਫੇਰ ਪ੍ਰੋਗਰਾਮ ਓਪਨ ਪਲੈਟਫਾਰਮ ਦੇ ਵਿੱਚ, ਮੈਂ ਤੁਹਾਡਾ ਗੁਰਲਾਲ ਤੁਹਾਡੇ ਰੂਬਰੂ ਹੁੰਦਾ ਹਾਂ ਟਿਊਜ਼ਡੇ, ਵੈਨਸਡੇ, ਥਰਸਡੇ ਸ਼ਾਮ ਨੂੰ 9 ਵਜੇ ਪੈਸੀਫਿਕ ਟਾਈਮ ਸਾਡੇ ਕੈਲੀਫੋਰਨੀਆ ਸਟੂਡੀਓ ਤੋਂ। ਦਰਸ਼ਕੋ, ਆਪਣੇ ਨਾਲ ਬਣੇ ਹੋਏ ਨੇ ਮਾਣਯੋਗ ਡਾਕਟਰ ਰਿਸ਼ਪਾਲ ਸਿੰਘ ਬਾਜਵਾ ਜੀ, ਬਹੁਤ ਸੋਹਣਾ ਇਲੈਬਰੇਟ ਕਰ ਰਹੇ ਡੇਅਰੀ ਇੰਡਸਟਰੀ ਬਾਰੇ। ਬਾਜਵਾ ਸਾਹਿਬ, ਆਪਾਂ ਗੱਲ ਪਹਿਲਾਂ ਕਰ ਰਹੇ ਸੀਗੇ ਕਿ ਡੇਅਰੀ ਦੇ ਵਿੱਚ ਇੰਪਲੋਇਮੈਂਟ ਦੀ, ਹੁਣ ਮੈਨੂੰ ਇਹ ਦੱਸੋ ਕਿ ਇਸ ਟਾਈਮ ਦੁਨੀਆ ਸਭ ਤੋਂ ਵੱਡਾ ਐਕਸਪੋਰਟਰ ਕੌਣ ਆ ਇਹਦੇ ਵਿੱਚ ਡੇਅਰੀ ਪ੍ਰੋਡਕਟ ਦੇ ਵਿੱਚ, ਅਤੇ ਸਭ ਤੋਂ ਵੱਡਾ ਇੰਪੋਰਟ ਕਰਨ ਵਾਲਾ ਕੰਟਰੀ ਕਿਹੜਾ ਹੈ ਇਸ ਟਾਈਮ ਵਰਲਡ ਦੇ ਵਿੱਚ, ਅਤੇ ਉਹਦੇ ਕੀ ਕਾਰਨ? ਜਿਵੇਂ ਆਪਾਂ ਪਹਿਲਾਂ ਦੱਸਿਆ ਸੀ ਵੀ ਨਿਊਜ਼ੀਲੈਂਡ ਸਭ ਤੋਂ ਲਾਰਜੈਸਟ ਐਕਸਪੋਰਟਰ ਹੈ ਜੀ, ਔਰ ਜਿਹੜਾ ਚਾਈਨਾ ਹੈ ਉਹ ਸਭ ਤੋਂ ਵੱਡਾ ਇੰਪੋਰਟਰ ਹੈ ਜੀ। ਹੁਣ ਇਹਦੇ 'ਚ ਜਿਹੜਾ ਲਾਈਫ ਸਟਾਕ ਇੰਡਸਟਰੀ ਹੈ ਟੋਟਲ, ਇਹਦੇ 'ਚ ਕੋਈ ਬਹੁਤ ਜ਼ਿਆਦਾ ਲੋਕਾਂ ਦੀ ਗਿਣਤੀ ਹੈ, ਕੋਈ 21 ਮਿਲੀਅਨ ਲਾਗੇ ਜਿਹੜੇ ਇਹਦੇ 'ਚ ਵਰਕਰ ਕੰਮ ਕਰਦੇ ਆ, ਪਰ ਜੇ ਟੋਟਲ ਇੰਡੀਆ ਦੀ ਵਰਕਫੋਰਸ ਦੇਖੀਏ ਜਿਹੜੀ ਕਿ ਕੋਈ 60 ਕਰੋੜ ਲੋਕਾਂ ਦੀ ਆ, ਉਹ 'ਚੋਂ ਕੋਈ 10% ਲੋਕ ਜਿਹੜੇ ਆ ਉਹ ਐਨੀਮਲ ਹਸਬੈਂਡਰੀ ਦੇ ਪ੍ਰੋਫੈਸ਼ਨਾਂ ਦੇ ਵਿੱਚ ਕੰਮ ਕਰਦੇ ਹਨ। ਹੁਣ ਮੈਂ ਥੋੜ੍ਹੀ ਜਿਹੀ ਇੱਕ ਦੱਸਣੀ ਚਾਹੁੰਦਾ ਦਰਸ਼ਕਾਂ ਨੂੰ ਵੀ ਇਹਦੀ ਹਿਸਟਰੀ ਆਫ ਇੰਡੀਅਨ ਡੇਅਰੀ ਡਿਵੈਲਪਮੈਂਟ। 1950 ਤੋਂ 1960 ਤੱਕ ਤਾਂ ਅਸੀਂ ਮਿਲਕ 'ਚ ਡੈਫੀਸ਼ੈਂਟ ਸੀ। 1965 ਦੇ ਵਿੱਚ ਸਾਡੀ NDDB ਨੈਸ਼ਨਲ ਡੇਅਰੀ ਡਿਵੈਲਪਮੈਂਟ ਬੋਰਡ ਬਣਿਆ, 70 ਦੇ ਵਿੱਚ ਉਹਨਾਂ ਨੇ ਫੁੱਲੀ ਓਪਰੇਸ਼ਨਲ ਹੋਏ, ਉਹਨਾਂ ਨੇ ਇੱਕ ਓਪਰੇਸ਼ਨ ਚਲਾਇਆ ਓਪਰੇਸ਼ਨ ਫਲੱਡ। 1998 ਦੇ ਵਿੱਚ ਅਸੀਂ ਦੁਨੀਆ ਦੇ ਨੰਬਰ 1 ਮਿਲਕ ਪ੍ਰੋਡਿਊਸਰ ਬਣ ਗਏ, ਅਤੇ ਪਿਛਲੇ 22-23 ਸਾਲਾਂ ਤੋਂ ਇੰਡੀਆ ਦੀ ਪੋਜੀਸ਼ਨ ਨੰਬਰ 1 ਹੀ ਹੈ। ਇਹਦੇ ਨਾਲ ਜਿਹੜੀ ਸਾਡੀ ਪਰ ਕੈਪੀਟਾ ਅਵੇਲੇਬਿਲਟੀ ਜ਼ਰੂਰ ਵਧੀ ਹੈ, ਕੰਜ਼ੰਪਸ਼ਨ ਜਿਹੜੀ ਹੈ ਉਹ ਸਾਡੀ ਦੁਨੀਆ ਦੇ ਲੈਵਲ ਨਾਲ ਬਹੁਤ ਘੱਟ। ਹੁਣ ਮੇਰੇ ਖਿਆਲ ਵੀ ਆਪਾਂ ਚੱਲਦੇ ਹਾਂ ਡੇਅਰੀ। ਬਾਜਵਾ ਸਾਹਿਬ, ਮੈਨੂੰ ਮਾਫ਼ ਕਰਨਾ, ਮੇਰਾ ਕੁਐਸਚਨ ਫਿਰ ਉੱਥੇ ਆ ਗਿਆ ਜਦੋਂ ਤੁਸੀਂ ਕਿਹਾ ਕਿ ਅਸੀਂ ਨੰਬਰ 1 ਬਣ ਚੁੱਕੇ ਪਿਛਲੇ 20-22 ਸਾਲਾਂ ਤੋਂ, ਮੰਨ ਲਿਆ ਲੋਕਾਂ ਨੇ ਘਰਾਂ ਦੇ ਵਿੱਚ ਪਸ਼ੂ ਘੱਟ ਗਏ ਹੈ, ਪਰ ਬਾਹਰ ਵੱਡੇ ਲੈਵਲ 'ਤੇ ਫਾਰਮ ਦੇ ਵਿੱਚ ਜਾਂ ਕਿੱਦਾਂ ਉਹ ਪਸ਼ੂ ਪਾਲਣੇ ਸ਼ੁਰੂ ਕਰਤੇ, ਇੰਪਲੋਇਮੈਂਟ ਵੀ ਵਧਾਈ ਅੱਗੇ ਨੂੰ ਮੰਨਦਾ, ਪਰ ਉਹ ਇੰਨੀ ਵੱਡੀ ਜਿਹੜੀ ਉਹ ਮਾਰਕੀਟ ਦੇ ਵਿੱਚ ਮਿਲਕ ਆ ਰਿਹਾ ਆ, ਫਿਰ ਗਰੀਬ ਆਦਮੀ ਨੂੰ ਉਹ ਅਵੇਲੇਬਲ ਕਿਉਂ ਨਹੀਂ ਹੈ? ਜਦੋਂ ਆਪਣੇ ਕੋਲ ਕੋਈ ਚੀਜ਼ ਬਹੁਤ ਆਤ ਹੁੰਦੀ ਹੈ, ਆਪਾਂ ਚਾਹੁੰਦੇ ਹਾਂ ਕਿ ਉਹਦੀ ਥੋੜ੍ਹੀ ਜਿਹੀ ਪ੍ਰਾਈਸ ਘਟਾ ਕੇ ਹਰੇਕ ਬੰਦੇ ਨੂੰ ਦੇ ਦਿੱਤੀ ਜਾਏ, ਉਹ ਕਿੱਥੇ ਉਹ ਪ੍ਰੋਬਲਮ ਕੀ ਹੈ ਮੈਨੂੰ ਉਹ ਦੱਸੋ। ਉਹਦੀ ਪ੍ਰੋਬਲਮ ਗੁਰਾਲ ਜੀ ਇਹ ਹੈ ਜੀ, ਜਿਵੇਂ ਯੂਨਾਈਟਿਡ ਸਟੇਟਸ 'ਚ ਆਪਾਂ ਰਹਿੰਦੇ ਜੀ ਜੀ, ਜਿਹੜੀ ਇਹਨਾਂ ਦੀ ਫੂਡ ਪਾਲਿਸੀ ਹੈ ਉਹ ਇਹ ਹੈ ਕਿ ਪਹਿਲਾਂ ਆਪਣੀ ਪਬਲਿਕ ਨੂੰ ਖਵਾਓ, ਈਵਨ ਆਪਣੇ ਐਨੀਮਲ ਫੀਡ ਕਰੋ ਜੀ, ਜੋ ਫੂਡ ਉਹਨਾਂ ਨੂੰ ਚਾਹੀਦਾ, ਜੋ ਇੱਥੋਂ ਦੇ ਬੰਦਿਆਂ ਨੂੰ ਚਾਹੀਦਾ, ਉਦੋਂ ਬਾਅਦ ਜੇ ਕੁਛ ਵਧੇ ਤਾਂ ਉਹਨੂੰ ਤੁਸੀਂ ਕਿਸੇ ਹੋਰ ਕੰਮ 'ਚ ਲਿਆਓ ਚਾਹੇ ਐਕਸਪੋਰਟ ਕਰੋ। ਇੰਡੀਆ ਦੇ ਵਿੱਚ ਕੋਈ ਐਸੀ ਪਾਲਿਸੀ ਨਹੀਂ ਹੈ, ਪਰ ਲੋਕ ਬਹੁਤ ਗਰੀਬ ਹੈ, ਤੁਹਾਨੂੰ ਪਹਿਲਾਂ ਦੱਸਿਆ ਵੀ ਪਰਚੇਸਿੰਗ ਪਾਵਰ ਹੈ ਨਹੀਂ, ਇਹ ਕਿੱਥੋਂ ਖਰੀਦ ਲੈਣਗੇ,
ਇਹ ਪ੍ਰੋਸੈਸਡ ਮਿਲਕ ਫੁੱਲ ਅਮਾਊਂਟ ਜਿੰਨਾ ਇਹਨਾਂ ਨੂੰ ਚਾਹੀਦਾ ਇਹ ਪੋਟੈਟੋ ਚਿਪ ਕਿੱਥੋਂ ਖਰੀਦ ਲੈਣਗੇ ਤੁਸੀਂ ਜਿੰਨੇ ਮਰਜ਼ੀ ਪ੍ਰੋਡਕਟ ਫੋਰਟੀਫਾਈ ਕਰੀ ਜਾਓ $100 ਦਾ ₹100 ਦਾ ਤੁਸੀਂ ਪੈਕਟ ਵੇਚੋ ਦੁੱਧ ਦਾ ਲੋਕ ਕਿੱਥੋਂ ਲੈ ਲੈਣਗੇ ₹300 ਤੇ ਜਿਹੜੀ ਦਿਹਾੜੀ ਦੀ ਹੈ ਉਹ ਆਮਦਨ ਨਹੀਂ ਹੈ ਤੋ ਇਸ ਕਰਕੇ ਇਹ ਪਾਲਿਸੀਜ਼ ਜਿਹੜੀਆਂ ਹੈ ਇਹ ਬਹੁਤ ਅਟੈਂਸ਼ਨ ਡਿਮਾਂਡ ਕਰਦੀ ਜੀ ਤੋ ਹੁਣ ਆਪਾਂ ਆਉਂਦੇ ਹਾਂ ਪੰਜਾਬ ਦੀ ਪੰਜਾਬ ਤੇ ਦੇਖੋ ਪੰਜਾਬ ਜਿਹੜਾ ਹੈ ਇਹ ਫੋਰ ਫਰੰਟ ਤੇ ਰਿਹਾ ਵਾਈਟ ਰੈਵੋਲੂਸ਼ਨ ਦਾ ਸਿੰਸ 1970 ਔਰ ਮੇਰਾ ਇਹਦੇ 'ਚ ਫਸਟ ਹੈਂਡ ਐਕਸਪੀਰੀਅੰਸ ਹੈ ਕਿਉਂਕਿ ਮੈਂ ਉਦੋਂ 1963 ਤੋਂ ਲੈ ਕੇ 1977 ਤੱਕ PAU 'ਚ ਪਹਿਲਾਂ ਸਟੂਡੈਂਟ ਅਤੇ ਮੁੜ ਕੇ ਮੈਂ ਟੀਚਰ ਰਿਹਾ ਅਸੀਂ ਵਾਈਟ ਰੈਵੋਲੂਸ਼ਨ ਹੁੰਦੀ ਵੀ ਦੇਖੀ ਹੈ ਗ੍ਰੀਨ ਰੈਵੋਲੂਸ਼ਨ ਹੁੰਦੀ ਵੀ ਦੇਖੀ ਔਰ ਪੰਜਾਬ ਦੇ ਵਿੱਚ ਪਿਛਲੇ 10 ਸਾਲਾਂ 'ਚ ਅਸੀਂ ਯੀਲਡ ਇੰਪਰੂਵ ਕੀਤੀ ਹੈ ਸਾਡੀ ਐਵਰੇਜ ਜਿਹੜੀ ਹੈ ਉਹ 5.5 ਕਿਲੋ ਹੈ ਪਰ ਐਨੀਮਲ ਜਿੱਥੋਂ ਕਿ ਨੈਸ਼ਨਲ ਜਿਹੜੀ ਹੈ ਇੰਡੀਆ ਦੀ ਉਹ ਅਰਾਊਂਡ 3-3.5 KG ਹੈ ਔਰ ਇੰਡੀਆ ਦੇ ਪੰਜਾਬ ਦੇ ਵਿੱਚ ਸਾਡੀਆਂ 40 ਲੱਖ ਮੱਝਾਂ ਦੁੱਧ ਦੇ ਰਹੀਆਂ ਔਰ ਸਾਡੀਆਂ 25 ਲੱਖ ਜਿਹੜੀਆਂ ਗਾਵਾਂ ਹੈ ਉੱਥੋਂ ਅਸੀਂ ਮਿਲਕ ਇਕੱਠਾ ਕਰਦੇ ਹਾਂ ਔਰ ਜਿਹੜਾ ਸਾਡਾ ਐਨੂਅਲ ਮਿਲਕ ਯੀਲਡ ਹੈ ਪੰਜਾਬ ਦਾ ਉਹ 126 ਮਿਲੀਅਨ ਟਨ ਹੈ 219 ਔਰ ਤੁਸੀਂ ਹਿਸਾਬ ਲਾਓ ਵੀ ਅੱਗੋਂ ਇਹ ਇੰਡੀਆ ਦਾ ਜਿਹੜਾ ਵਾ ਇਹ 40% ਦੇ ਲਾਗੇ ਬਣਾ ਦੇਣ ਪਰ ਅੱਗੋਂ ਹੁਣ ਜਿਹੜੀ ਸਾਡੀ ਡੇਲੀ ਪ੍ਰੋਡਕਸ਼ਨ ਹੈ ਦੁੱਧ ਦੀ ਪੰਜਾਬ 'ਚ ਉਹ 350 ਲੱਖ ਕਿਲੋ ਦੁੱਧ ਹੁੰਦਾ ਤੁਸੀਂ ਪੰਜਾਬ ਦੀ ਗੱਲ ਕਰ ਰਹੇ 350 ਲੱਖ ਕਿਲੋ ਪੰਜਾਬ ਦੀ 350 ਲੱਖ ਕਿਲੋ ਜਿਹੜਾ ਹੈ ਦੁੱਧ ਹੁੰਦਾ ਹੈ ਸਾਡੀਆਂ ਇੱਥੇ ਕੋਈ 10,000 ਹਾਈਟੈਕ ਡੇਅਰੀ ਫਾਰਮ ਹੈ ਜਿਵੇਂ ਤੁਸੀਂ ਪਹਿਲਾਂ ਗੱਲ ਕੀਤੀ ਸੀ ਵੀ ਇਹਨਾਂ ਦੇ ਜਿਹੜੇ ਉਹ ਐਨੀਮਲ ਹੈ ਇਹਨਾਂ ਦੇ 50 ਤੋਂ 100 ਐਨੀਮਲ ਤੋਂ ਉੱਤੇ ਹੀ ਆ ਪਰ ਇਹ 12,500 ਜੇ ਅਸੀਂ ਪਿੰਡ ਲਾਈਏ ਪੰਜਾਬ ਦਾ ਤਾਂ ਆਲਮੋਸਟ 1 ਹਾਈਟੈਕ ਡੇਅਰੀ ਫਾਰਮ ਪਰ ਪਿੰਡ ਦੇ ਹਿੱਸੇ ਆ ਜਾਂਦਾ ਸੋ ਇਸ ਕਰਕੇ ਜਿਹੜੀ ਪੰਜਾਬ ਦੀ ਡੇਅਰੀ ਇੰਡਸਟਰੀ ਹੈ ਇਹਦੇ 'ਚ ਅਗਰ ਸਾਡੀ ਆਪਣੀ ਗੌਰਮੈਂਟ ਇਹਦੇ 'ਚ ਥੋੜ੍ਹਾ ਜਿਹਾ ਹੋਰ ਯੋਗਦਾਨ ਪਾਵੇ ਇਹਦੀ ਅਵੇਅਰਨੈਸ ਲੋਕਾਂ 'ਚ ਲਿਆਵੇ ਇਹਨਾਂ ਨੂੰ ਰਿਸੋਰਸ ਪ੍ਰੋਵਾਈਡ ਕਰੇ ਅਤੇ ਸਾਡਾ ਜਿਹੜਾ ਆਮਦਨ ਦਾ ਸਾਧਨ ਦੇਖੋ ਪੰਜਾਬ 'ਚ ਫੂਡ ਵੀ ਸਭ ਤੋਂ ਜ਼ਿਆਦਾ ਪੰਜਾਬ 'ਚ ਮਿਲਕ ਵੀ ਸਭ ਤੋਂ ਜ਼ਿਆਦਾ ਸਾਡੀ ਸਟੇਟ ਐਗਰੀਕਲਚਰ ਸਾਨੂੰ ਇੰਡਸਟਰੀ ਮਿਲਕ ਅਤੇ ਫੂਡ ਦੀ ਲਾਉਣੀ ਚਾਹੀਦੀ ਹੈ ਔਰ ਇੰਨਾ ਦੁੱਧ ਸਾਡਾ ਰਾ ਪ੍ਰੋਡਕਟ ਹੈ ਸਾਨੂੰ ਇੱਥੇ ਕਰਕੇ ਅਸੀਂ ਲੋਕਾਂ ਦੀ ਡੈਫੀਨੇਟਲੀ ਜਿਹੜੀ ਇਨਕਮ ਹੈ ਉਹ ਲਾਈਫ ਸਟਾਕ ਤੋਂ ਵਧਾ ਸਕਦੇ ਹਾਂ ਸਪੈਸ਼ਲੀ ਜਦੋਂ ਕਿ ਜਿਹੜੀ ਕ੍ਰਾਪ ਪ੍ਰੋਡਕਸ਼ਨ ਹੈ ਉਹ ਮੈਕਸੀਮਾਈਜ਼ ਹੋ ਚੁੱਕੀ ਹੈ ਮਜੋਰਟੀ 95% ਆਫ ਦੀ ਜਿਹੜੀ ਲੈਂਡ ਹੈ ਉਹ ਐਗਰੀਕਲਚਰ ਦੇ ਥੱਲੇ ਆ ਚੁੱਕੀ ਹੈ ਗਾਂ ਹੁਣ ਆਪਣੇ ਕੋਲ ਲੈਂਡ ਹੈ ਨਹੀਂ ਹੈ ਨਹੀਂ ਹੈ ਨਹੀਂ ਠੀਕ ਹੈ ਇੰਡੀਆ ਦੇ ਵਿੱਚ ਡਾਕਟਰ ਸਾਹਿਬ ਇੱਕ ਗੱਲ ਸਮਝਾਓ ਮੈਨੂੰ ਆਪਾਂ ਕਣਕ ਅਤੇ ਝੋਨਾ ਯਾਨੀ ਕਿ ਚਾਵਲ ਇਹ PDS ਸਿਸਟਮ 'ਚ ਹੈ ਅਕੋਰਡਿੰਗ ਟੂ ਇੰਡੀਆ ਗੌਰਮੈਂਟਸ ਰੂਲ ਐਂਡ ਰੈਗੂਲੇਸ਼ਨਸ ਹਾਂਜੀ ਜੇ ਆਪਾਂ ਪ੍ਰੋਵਾਈਡ ਕਰਨਾ ਕਿ ਗਰੀਬ ਆਦਮੀ ਦਾ ਬੇਟਾ ਜਾਂ ਬੇਟੀ ਜਾਂ ਬੱਚੇ ਆਪਦੀ ਘਰ ਵਾਲੀ ਆ ਆਪ ਉਹ ਖੁਦ ਇੱਕ ਗਲਾਸ ਦੁੱਧ ਦਾ ਪੀ ਸਕੇ ਆਪਣੇ ਕੋਲ ਪ੍ਰੋਡਕਸ਼ਨ ਹੈਗੀ ਆ ਆਪਣੇ ਕੋਲ ਉਹਦੀ ਅਵੇਲੇਬਿਲਿਟੀ ਹੈਗੀ ਆ ਕੀ ਇਹਨੂੰ ਵੀ ਕਿਸੇ ਨਾ ਕਿਸੇ ਤਰ੍ਹਾਂ PDS ਦੇ ਦਾਇਰੇ 'ਚ ਲਿਆਂਦਾ ਜਾ ਸਕਦਾ ਦੇਖੋ ਗੁਰਲਾਲ ਜੀ ਗੱਲ ਤਾਂ ਫਿਰ ਪੈਸੇ 'ਤੇ ਆ ਜਾਣੀ ਹੈ ਅੱਜ PDS ਦਾ ਜਿਹੜਾ ਖਰਚ ਆ ਗੌਰਮੈਂਟ ਆਫ ਇੰਡੀਆ ਦਾ ਜੀ ਉਹ ਬਹੁਤ ਜ਼ਿਆਦਾ ਮੈਂ ਦਰਸ਼ਕਾਂ ਨੂੰ ਕਰਦਾ PDS ਹੁਣ ਪਬਲਿਕ ਡਿਸਟ੍ਰੀਬਿਊਸ਼ਨ ਸਿਸਟਮ ਜਿਹੜਾ ਹੈਗਾ ਆ ਮੈਂ ਤੁਹਾਡੀ ਗੱਲ ਸਾਰੀ ਸਮਝ ਹਾਂਜੀ ਮੈਂ ਦਰਸ਼ਕਾਂ ਨੂੰ ਇਕੱਲੀ ਕਰਦਾ ਵੀ ਕਣਕ ਅਵੇਲੇਬਲ ਵੇਅਰ ਹਾਊਸ ਰਾਖੀ ਅਵੇ ਚਾਹੇ ਉਹ ਮਨਰੇਗਾ ਦੇ ਥਰੂ ਜਾਂ ਕੋਈ ਹੋਰ ਯੋਜਨਾਵਾਂ ਬਣਾ ਕੇ ਲੋਕਾਂ ਨੂੰ ਗਰੀਬਾਂ ਨੂੰ ਵੰਡੀਆਂ ਜਾਂਦੀਆਂ ਤਾਂ ਕਿ ਕੋਈ ਭੁੱਖਾ ਨਾ ਸੋਵੇ ਉੱਦਾਂ ਹੀ ਦੁੱਧ ਦਾ ਵੀ ਹੋ ਸਕਦਾ ਕਿਉਂਕਿ ਹੁਣ ਇਸ ਟਾਈਮ ਆਪਣੇ ਕੋਲ ਮਿਲਕ ਪ੍ਰੋਡਕਸ਼ਨ ਜ਼ਿਆਦਾ ਹੈ ਹਾਂਜੀ ਕੰਟੀਨਿਊ ਕਰੋ ਬਾਜੀ ਡਾਕਟਰ ਸਾਹਿਬ ਤੁਹਾਡੀ ਗੱਲ ਠੀਕ ਹੈ ਹਾਂਜੀ PDS ਵਾਸਤੇ ਮੈਂ ਤਾਂ ਉਹੀ ਗੱਲ ਦੱਸਣ ਲੱਗਿਆ ਜੀ ਗੌਰਮੈਂਟ ਆਫ ਇੰਡੀਆ ਦੇ ਉਹਦੇ ਆਲਰੇਡੀ ਬਹੁਤ ਐਕਸਪੈਂਸਿਸ ਹੈ ਸਿਰਫ ਰਾਈਸ ਵੀਟ ਅਤੇ ਥੋੜ੍ਹੀ ਜਿਹੀ ਹੋਰ ਜੋ ਕੁਛ ਉਹਨਾਂ ਮਿਲਦਾ ਇਹਦੇ ਵਿੱਚ ਹੁਣ ਦੁੱਧ ਮੁੜ ਕੇ ਆਂਡਾ ਮੁੜ ਕੇ ਮੀਟ ਇਹ ਦੇਖੋ ਰਿਕੁਆਇਰਮੈਂਟ ਹਿਊਮਨ ਬਾਡੀ ਜਿਹੜੀ ਹੈ ਉਹ ਉਹਨੂੰ ਤਾਂ ਫੂਡ ਦੀ ਲੋੜ ਹੈ ਉਹਨੂੰ ਪ੍ਰੋਪਰ ਨਿਊਟ੍ਰੀਸ਼ਨ ਦੀ ਲੋੜ ਹੈ ਉਹ ਇਹ ਨਹੀਂ ਉਡੀਕਦੀ ਵੀ ਮੈਨੂੰ PDS ਦੇ ਥਰੂ ਮਿਲੇ ਅਗਰ ਨਹੀਂ ਮਿਲੇਗਾ ਤਾਂ ਮਾਲ ਨਿਊਟ੍ਰੀਸ਼ਨ ਹੈਗੀ ਹੈ ਕੰਟਰੀ ਦੇ ਵਿੱਚ 26% ਬੱਚੇ 5 ਸਾਲ ਤੋਂ ਘੱਟ ਅੰਡਰਵੇਟ ਹੈ 21% ਜਿਹੜੇ ਹੈ ਉਹ ਟੂ ਥਿਨ ਹੈ ਜਿਹੜੀਆਂ 50% ਲੋਕ ਹੈ
ਉਹ ਵਿਟਾਮਿਨ ਡੈਫੀਸ਼ੀਐਂਟ ਹੈ ਜਿਹੜੀਆਂ 51% ਔਮਨ ਹੈ ਪ੍ਰੈਗਨੈਂਟ ਏਜ ਦੀਆਂ ਰੀਪ੍ਰੋਡਕਟਿਵ ਏਜ ਦੀਆਂ ਉਹ ਅਨੀਮਿਕ ਆ ਉਹਦੇ ਨਾਲ ਜਿਹੜੇ ਬੱਚੇ ਆ ਉਹ ਬੜੇ ਪੂਅਰ ਸਟੰਟਡ ਗਰੋਥ ਹੈ ਦੇਖੋ ਜਿਹੜਾ ਹਿਊਮਨ ਕੈਪੀਟਲ ਜਿਹੜੇ ਕੰਟਰੀ ਦਾ ਸਟਰੋਂਗ ਹੈ ਡਿਜ਼ੀਜ਼ ਫ੍ਰੀ ਹੈ ਉਹਨੇ ਹੀ ਗਾਂ ਦੁਨੀਆ ਦੀ ਬਾਜੀ ਮਾਰਨੀ ਹੈ ਜਿੱਥੇ ਬਿਮਾਰ ਲੋਕ ਹੋਣਗੇ ਪੂਅਰ ਲੋਕ ਹੋਣਗੇ ਪੂਰੇ ਕੰਮ ਨਹੀਂ ਕਰ ਸਕਦੇ ਉਹਨਾਂ ਦੀ ਪ੍ਰੋਡਕਟਿਵ ਏਜ ਹੀ ਬਹੁਤ ਘੱਟ ਹੈ ਇੰਡੀਆ 'ਚ ਅੱਜ 40 ਸਾਲ ਦਾ ਜਿਹੜਾ ਬੰਦਾ ਹੈ ਉਹ ਥੱਕਿਆ ਹਾਰਿਆ ਮਹਿਸੂਸ ਕਰ ਰਿਹਾ ਹੈ ਕਿਉਂਕਿ ਵਿਚਾਰੇ ਨੇ ਜੰਮਣ ਦਿਓ ਬਾਅਦ ਰੱਜ ਕੇ ਰੋਟੀ ਤਾਂ ਖਾਧੀ ਨਹੀਂ ਰਾਈਟ ਔਰ 12-13 ਸਾਲਾਂ ਤੋਂ ਮਜ਼ਦੂਰੀ ਸ਼ੁਰੂ ਹੋ ਜਾਂਦੀ ਹੈ ਸੋ ਮੈਂ ਇਹਨਾਂ ਚੀਜ਼ਾਂ ਨੂੰ ਵੇਖ ਕੇ ਮੈਂ ਬਹੁਤ ਭਾਵਕ ਆਪਣੀ ਜ਼ਿੰਦਗੀ 'ਚ ਹੋ ਜਾਂਦਾ ਹਾਂਜੀ ਹਾਂਜੀ ਗਰੀਬੀ ਇੱਕ ਬਹੁਤ ਵੱਡਾ ਕਰਜ਼ ਹੈ ਬਹੁਤ ਵੱਡਾ ਕਰਜ਼ ਜੀ ਜੀ ਬਾਜਵਾ ਸਾਹਿਬ ਜੀ ਬਾਜਵਾ ਸਾਹਿਬ ਡਾਕਟਰ ਸਾਹਿਬ ਮੈਂ ਤੁਹਾਨੂੰ ਆਪਦੀ ਗੱਲ ਦੱਸਦਾ ਕਿ ਜੇ ਤੁਸੀਂ ਇੰਡੀਆ ਚਲ ਜਾਓ ਤੁਸੀਂ ਵੀ ਆਪਦੇ ਪਿੰਡ ਜਾ ਕੇ ਦੇਖਿਆ ਹੋਣਾ ਕਿ ਉਹ ਜਿਹੜੇ ਸਾਡੇ ਸੀਰ ਸਿਸਟਮ ਹੈ ਕਿ ਸਿਰੀ ਲੱਗਦੇ ਗਾਂ ਉਹਨਾਂ ਦੇ ਬੱਚੇ ਕੋਈ ਇੱਕ ਅੱਧਾ ਹੀ ਪੜ੍ਹਦਾ ਹਾਲਾਂਕਿ ਸਪੋਰਟ ਹੁੰਦੀ ਹੈ ਕਈ ਘਰਾਂ ਵੱਲੋਂ ਪਰ ਉਹ ਜਦੋਂ ਕੋਈ 12-13 ਸਾਲਾਂ ਦੇ ਹੁੰਦੇ ਆ ਉਹ ਉਸੇ ਕੰਮ 'ਚ ਹੀ ਪੈ ਜਾਂਦੇ ਆ ਜਦੋਂ ਤੱਕ ਉਹ 40-42 ਦੇ ਆਉਂਦੇ ਆ ਬਹੁਤ ਬੁੜੇ ਲੱਗਣੇ ਸ਼ੁਰੂ ਹੋ ਜਾਂਦੇ ਕਿਉਂ ਉਹ ਜਿਹੜਾ ਤੁਸੀਂ ਕਾਰਨ ਦੱਸਿਆ ਕਿ ਪ੍ਰੋਪਰ ਡਾਇਟ ਹੈ ਨਹੀਂ ਅਤੇ ਕੰਮ ਦਾ ਬਹੁਤ ਜ਼ਿਆਦਾ ਹੁਣ ਆਪਾਂ ਅੱਗੇ ਚੱਲਦੇ ਹਾਂ ਆਪਾਂ ਇਮੋਸ਼ਨਸ ਤੋਂ ਬਾਹਰ ਨਿਕਲ ਕੇ ਆਉਂਦੇ ਇਸ ਚੀਜ਼ ਦਾ ਤੁਸੀਂ ਡਾਕਟਰ ਸਾਹਿਬ ਫਿਊਚਰ ਦੱਸੋ ਆਪਾਂ ਪੰਜਾਬ ਦੀ ਅਤੇ ਇੰਡੀਆ ਦੀ ਗੱਲ ਕਰਦੇ ਹਾਂ ਵਰਲਡ ਦਾ ਰਹਿਣ ਦਿੰਦੇ ਦੇਖੋ ਜੀ ਫਿਊਚਰ ਦਾ ਬਹੁਤ ਜ਼ਿਆਦਾ ਜੀ ਕਿਉਂਕਿ ਇੰਡੀਆ ਦੇ ਵਿੱਚ ਜਿਹੜੀ ਮਿਲਕ ਪ੍ਰੋਡਕਸ਼ਨ ਹੈ ਅੱਜ ਜਿਹੜੀ 200 ਮਿਲੀਅਨ ਟਨ ਦੇ ਲਾਗੇ ਹੈ ਇਹ ਪ੍ਰੋਜੈਕਟ ਕੀਤੀ ਗਈ ਹੈ ਕਿ 330 ਮਿਲੀਅਨ ਟਨ ਜਿਹੜੀ ਹੈ ਇਹ ਹੋ ਜਾਣੀ ਹੈ ਅਗਲੇ 10 ਸਾਲਾਂ 'ਚ ਇਹਦਾ ਮਤਲਬ 33% ਗਰੋਥ ਹੈ 10 ਸਾਲਾਂ 'ਚ 9 ਸਾਲਾਂ 'ਚ ਆਲਮੋਸਟ 4% ਐਵਰੇਜ ਹੈ ਤੋ ਇਹਦੇ ਵਿੱਚ ਰਿਸੋਰਸਿਸ ਜ਼ਿਆਦਾ ਲੱਗਣੇ ਚਾਹੀਦੇ ਇਵੇਂ ਜਿਹੜੀ ਮਿਲਕ ਪ੍ਰੋਕਿਓਰਮੈਂਟ ਅਤੇ ਕੋਆਪਰੇਟਿਵਸ ਹੈ ਉਹਨਾਂ ਦਾ ਨੰਬਰ ਵੀ ਵਧਾਉਣਾ ਚਾਹੀਦਾ ਹੈ ਜਿਹੜੀਆਂ ਸਾਡੀਆਂ ਪਲਾਨਸ ਹੈ ਉਹਨਾਂ ਨੂੰ ਜਿਹੜੀ ਪ੍ਰੋਸੈਸਿੰਗ ਹੈ ਜਿਹੜੀ ਅੱਜ ਦੇ ਦਿਨ 'ਤੇ 41% ਹੈ ਉਹਨੂੰ ਸੋਚ ਰਿਹਾ ਵੀ 50% ਕੀਤਾ ਜਾਏਗਾ 1400 ਕਰੋੜ ਤੁਹਾਨੂੰ ਮੈਂ ਪਹਿਲਾਂ ਦੱਸਿਆ ਵੀ ਗੌਰਮੈਂਟ ਆਫ ਇੰਡੀਆ ਨੇ ਐਤਕਾਂ ਇਹਦੇ 'ਚ ਇੰਜੈਕਟ ਕੀਤਾ ਪਰ ਜਿਹੜੀਆਂ ਪੋਲਿਸੀਜ ਔਰ ਪ੍ਰੋਪਰ ਪਲੇਸ 'ਤੇ ਇਹ ਜਾਣੇ ਚਾਹੀਦੇ ਆ ਇਹਨਾਂ ਦਾ ਇਨਫਰਾਸਟਰਕਚਰ ਡਿਸਟ੍ਰੀਬਿਊਸ਼ਨ ਪ੍ਰੋਸੈਸਿੰਗ ਉਹ ਚੰਗੀ ਕਰਨੀ ਚਾਹੀਦੀ ਪਰ ਹੁਣ ਇੱਕ ਇਹ ਚੀਜ਼ ਵੀ ਆ ਜਾਂਦੀ ਹੈ ਵੀ ਇਹਨਾਂ ਨੀਡਸ ਨੂੰ ਸਾਰੀਆਂ ਨੂੰ ਪੈਸਾ ਤਾਂ ਇੱਕ ਹੈਗਾ ਹੀ ਹੈਗਾ ਪਰ ਇਹਦੇ ਵਿੱਚ ਕਈ ਚੈਲੰਜਸ ਅਤੇ ਕਈ ਟਾਰਗੇਟ ਵੀ ਸਾਨੂੰ ਰੱਖਣੇ ਪੈਣੇ ਇਹਦੇ ਵਾਸਤੇ ਸਾਨੂੰ ਐਜੂਕੇਸ਼ਨ ਟ੍ਰੇਨਿੰਗ ਅਵੇਅਰਨੈਸ ਕਰਨੀ ਪੈਣੀ ਹੈ ਬੈਟਰ ਇਨਫਰਾਸਟਰਕਚਰ ਬਣਾਉਣਾ ਪੈਣਾ ਗੁੱਡ ਮਾਰਕੀਟ ਟ੍ਰੇਡ ਪੋਲਿਸੀਜ ਔਰ ਪ੍ਰੋਪਰ ਜਿਹੜੀ ਆਮਦਨ ਜਿਹੜੀ ਹੈਗੀ ਆ ਪ੍ਰਾਈਸ ਉਹ ਜ਼ਿਮੀਦਾਰ ਨੂੰ ਦੇਣੀ ਹੈ ਔਰ ਇਸ ਤੋਂ ਇਲਾਵਾ ਸਾਨੂੰ ਐਨੀਮਲਸ ਦੀ ਸਾਡੀ ਜਿਹੜੀ ਯੀਲਡ ਵਧਾਉਣੀ ਪਏਗੀ ਕੁਆਲਿਟੀ ਕੰਟਰੋਲ ਜਿਵੇਂ ਆਪਾਂ ਪਹਿਲਾਂ ਕਿਹਾ ਉਹ ਰੱਖਣਾ ਪਏਗਾ ਅਤੇ ਸਟ੍ਰਿਕਟ ਰੈਗੂਲੇਸ਼ਨ ਗੌਰਮੈਂਟ ਦੇ ਹੋਣਗੇ ਕਿ ਜਿਹੜਾ ਬੰਦਾ ਇਹਨਾਂ ਦੀ ਉਲੰਘਣਾ ਕਰੇ ਉਹਨੂੰ ਪਨਿਸ਼ਮੈਂਟ ਹੋਣੀ ਚਾਹੀਦੀ ਡਾਕਟਰ ਸਾਹਿਬ ਮੇਰੇ 2 ਕੁਐਸਚਨ ਨੇ ਕਿਉਂਕਿ ਆਪਣੇ ਕੋਲ 3-4 ਮਿੰਟਾਂ ਦਾ 3 ਕੁ ਮਿੰਟਾਂ ਦਾ ਹੀ ਰਹਿ ਗਿਆ ਟਾਈਮ ਮੇਰਾ ਕੁਐਸਚਨ ਇੱਕ ਇਹ ਹੈ ਕੁਇਕ ਜਿਹਾ ਆਨਸਰ ਦਿਓ ਪਹਿਲਾ ਕੁਐਸਚਨ ਇਹ ਕਿ ਦੀਪਾਵਲੀ ਆਉਂਦੀ ਜਦੋਂ ਪਵਿੱਤਰ ਤਿਉਹਾਰ ਆ ਠੀਕ ਹੈ ਤੁਸੀਂ ਕਹਿ ਰਹੇ ਹੋ ਕਿ ਮਿਲਕ ਪ੍ਰੋਡਕਸ਼ਨ ਬਹੁਤ ਹੋ ਰਿਹਾ ਹੈ ਹੱਦ ਤੋਂ ਜ਼ਿਆਦਾ ਹੋ ਰਿਹਾ ਹੈ ਹੱਦ ਤੋਂ ਜ਼ਿਆਦਾ ਨਹੀਂ ਮਤਲਬ ਅੱਗੇ ਨਾਲੋਂ ਬਹੁਤ ਬੈਟਰ ਹੋ ਰਿਹਾ ਪਰ ਹਲਵਾਈ ਦੀ ਦੁਕਾਨਾਂ ਦੇ ਉੱਤੇ ਛਾਪੇ ਪੈਂਦੇ ਆ ਜਾਂ ਛਾਪੇ ਮਰਵਾਏ ਜਾਂਦੇ ਆ ਫਿਰ ਪਤਾ ਲੱਗਦਾ ਕਿ ਫਲਾਨੀ ਹਲਵਾਈ ਦੀ ਦੁਕਾਨ ਦੇ ਉੱਤੇ ਮਿਲਾਵਟੀ ਦੁੱਧ ਨਾਲ ਜੋ ਹੈ ਮਿਠਾਈਆਂ ਬਣਾਈਆਂ ਜਾਂਦੀਆਂ ਇਹਦੇ ਵਿੱਚ ਜਾਂ ਤਾਂ ਹਲਵਾਈ ਜਿਹੜੇ ਹੈਗੇ ਆ ਸ਼ੋਪਕੀਪਰ ਉਹਨਾਂ ਦਾ ਲਾਲਚ ਅੱਗੇ ਆ ਜਾਂਦਾ ਹੈ ਜਾਂ ਲਾ ਐਂਡ ਆਰਡਰ ਦੀ ਕਮੀ ਨੰਬਰ 1 ਅਤੇ ਉਸ ਤੋਂ ਬਾਅਦ ਤੁਸੀਂ ਸਮਰਾਈਜ਼ ਕਰ ਦਿਓ 2-3 ਮਿੰਟਾਂ 'ਚ ਵੀ ਇਹਨੂੰ ਇਸ ਚੀਜ਼ ਨੂੰ ਕਿੱਦਾਂ ਸਮਰਾਈਜ਼ ਕਰੋਗੇ ਤੁਸੀਂ ਦੇਖੋ ਜੀ ਜਿਹੜਾ ਗਰੀਡ ਹੈ ਆਈ ਹੇਟ ਟੂ ਸੇ ਉਹ ਇੰਡੀਅਨ ਸੋਸਾਇਟੀ 'ਚ ਬਹੁਤ ਜ਼ਿਆਦਾ ਉਹ ਇਹ ਨਹੀਂ ਦੇਖਦੇ ਜੇ ਉਹ 'ਚ ਯੂਰੀਆ ਪਾ ਦਿੱਤਾ ਡਿਟਰਜੈਂਟ ਪਾ ਦਿੱਤੇ ਉਹ ਪੀਣ ਵਾਲੇ ਦੀਆਂ ਭਾਵੇਂ ਕਿਡਨੀਆਂ ਫੇਲ ਹੋ ਜਾਣ ਰਾਈਟ ਸੋ ਇਹ ਨਹੀਂ ਹੋਣਾ ਚਾਹੀਦਾ ਪਰ ਇਹਦੇ ਜਿਹੜੇ ਸਟ੍ਰਿਕਟ ਲਾ ਮੈਂ ਫਿਰ ਦੇਖਦੇ ਹਾਂ ਵੀ ਗੌਰਮੈਂਟ ਵੀ ਕਿੰਨਾ ਕੁ ਕੰਟਰੋਲ ਕਰ ਸਕਦੇ ਆ ਗੁਰਲਾਲ ਜੀ ਇਹ ਸਾਨੂੰ ਕੋਈ ਆਪਣੇ ਆਪ ਵੀ ਸਮਾਜਿਕ ਸਾਨੂੰ ਸੋਚਣਾ ਚਾਹੀਦਾ ਵੀ ਜੇ ਮੇਰਾ ਧੀ ਪੋਤੇ ਖਾਵੇ ਜੇ ਮੈਂ ਹਲਵਾਈ ਹੋਵਾਂ ਤੇ ਮੈਂ ਉਹਦੇ 'ਚ ਡਿਟਰਜੈਂਟ ਪਾ ਕੇ ਵੇਚਦਾ ਜੇ ਮੈਂ ਮਾੜਾ ਕੇ ਸੋਚ ਲਾਂ ਵੀ ਜੇ ਖਾਣ ਵਾਲਾ ਮੇਰਾ ਬੱਚਾ ਹੋਵੇ ਰਾਈਟ ਤੇ ਤੋਂ ਅੱਗੇ ਹੁਣ ਚੱਲਦੇ ਹਾਂ ਜੀ ਜਿਹੜੀਆਂ ਇਹਦੇ 'ਚ ਚੈਲੰਜਸ ਹਨ ਜਿਹਨਾਂ ਨੂੰ ਅਸੀਂ ਪੂਰਾ ਕਰ ਸਕਦੇ ਹਾਂ ਉਹ ਆਪਾਂ ਪਹਿਲਾਂ ਦੱਸਿਆ ਵੀ ਯੀਲਡ ਵਧਾਉਣੀ ਹੈ ਇਨਫੈਕਟਿਵ ਬਰੀਡਿੰਗ ਜਿਹੜੀ ਹੈ ਉਹਨੂੰ ਠੀਕ ਕਰਨਾ ਇਹ ਮੈਨੇਜਮੈਂਟ ਪ੍ਰੈਕਟਿਸਿਸ ਠੀਕ ਕਰਨੀ ਹੈ ਵੈਟਨਰੀ ਕੇਅਰ ਠੀਕ ਕਰਨੀ ਹੈ ਫਾਰਡਰ ਦੀ ਸਾਡੇ ਗਰੀਨ ਦੀ
ਕਮੀ ਹੈ ਉਹ ਪੂਰੀ ਕਰਨੀ ਹੈ, ਪੂਅਰ ਮਾਰਕੀਟਿੰਗ ਨੂੰ ਇੰਪਰੂਵ ਕਰਨਾ ਤੇ ਲੋਕਾਂ ਨੂੰ ਜਿਹੜਾ ਪ੍ਰਾਈਸ ਹੈ ਉਹ ਪੂਰੀ ਦੇਣੀ ਹੈ। ਹੁਣ ਜੇ ਇਹਨੂੰ ਸਮਰੀ 'ਚ ਆਪਾਂ ਜਾਈਏ ਤਾਂ ਇੱਥੇ ਇਹ ਜਿਹੜੀਆਂ ਚੈਲੇਂਜਸ ਹੈ ਇਹਨਾਂ ਨੂੰ ਅਸੈਪਟ ਕਰਕੇ ਗਵਰਨਮੈਂਟ ਆਫ ਇੰਡੀਆ ਐਂਡ ਸਟੇਟ ਦੋਵੇਂ ਰਲ ਕੇ ਇਸ ਸਟਰਕਚਰ ਸਾਰੇ ਨੂੰ ਠੀਕ ਕਰਨ। ਇਹਦੇ ਨਾਲ ਜਿਵੇਂ ਆਪਾਂ ਪਹਿਲਾਂ ਵੀ ਦੱਸਿਆ ਕਿ ਸਾਡੇ ਡੈਮੋਗ੍ਰਾਫਿਕਸ ਤਾਂ ਸਮਾਲ ਐਨੀਮਲ ਮਾਰਜਨਲ ਫਾਰਮਰ ਬਹੁਤ ਜ਼ਿਆਦਾ 80% ਲੋਕ ਉੱਥੇ ਹੈ, ਤੋ ਉਹਨਾਂ ਨੂੰ ਇਹਦੇ ਵਿੱਚ ਉਹਨਾਂ ਦੀ ਇਨਕਮ ਅਤੇ ਲਾਈਵਲੀਹੁੱਡ ਨੂੰ ਵਧਾਉਣ ਦਾ ਇਹ ਇਨਕਰੀਜ ਇਨਵੈਸਟਮੈਂਟ ਇਨ ਡੇਅਰੀ ਇਹ ਇੱਕ ਬਹੁਤ ਅੱਛਾ ਸਾਧਨ ਹੈ। ਇਹਦੇ ਨਾਲ ਉਹਨਾਂ ਦੀ ਇਨਕਮ ਵੱਧ ਜਾਏਗੀ, ਉਹਨਾਂ ਦੀ ਨੌਕਰੀ ਸਸਟੇਨੇਬਲ ਰਹਿ ਸਕਦੀ ਹੈ, ਔਰ ਜਿਹੜੀਆਂ ਵੂਮੈਨ ਹੈ ਉਹ ਇਮਪਾਵਰ ਹੋ ਸਕਦੀਆਂ, ਔਰ ਸਾਡੀ ਜਿਹੜੀ ਇੰਡੀਆ ਦੀ ਫੂਡ ਸਿਕਿਉਰਿਟੀ ਹੈ ਉਹ ਵੀ ਇਹਨਾਂ ਚੀਜ਼ਾਂ 'ਤੇ ਡਿਪੈਂਡ ਕਰ। ਬਹੁਤ ਬਹੁਤ ਧੰਨਵਾਦ ਬਾਜਵਾ ਸਾਹਿਬ। ਲਾਈਵ ਸਟਾਕ ਇਹਦੇ ਨਾਲ ਕਨੈਕਟਡ ਆ, ਆਪਾਂ ਕਿਸ ਦਿਨ ਸੈਸ਼ਨ ਲਵਾਂਗੇ ਉਹਦੇ ਉੱਤੇ ਪੂਰਾ ਲਾਈਵ ਸਟਾਕ ਦੇ, ਅਤੇ ਖਾਸ ਕਰਕੇ ਜਿਹੜੀ ਇੰਪਲੋਇਮੈਂਟ ਇਸ ਚੀਜ਼ ਨਾਲ ਡੇਅਰੀ ਨਾਲ ਜੁੜੀ ਆ ਉਹਦੇ ਉੱਤੇ ਵੀ ਆਪਾਂ ਇੱਕ ਦਿਨ ਜ਼ਰੂਰ ਲਵਾਂਗੇ। ਅੱਜ ਤੁਸੀਂ ਟਾਈਮ ਕੱਢਿਆ, ਬਹੁਤ ਸੋਹਣਾ ਐਲੈਬਰੇਟ ਕੀਤਾ, ਤੁਹਾਡਾ ਬਹੁਤ ਬਹੁਤ ਧੰਨਵਾਦ ਬਾਜਵਾ ਸਾਹਿਬ। ਹਾਂਜੀ ਧੰਨਵਾਦ ਜੀ ਗੁਰਲਾਲ ਜੀ, ਤੁਹਾਡੇ ਅਤੇ ਤੁਹਾਡੇ ਦਰਸ਼ਕਾਂ ਦਾ। ਥੈਂਕ ਯੂ ਦਰਸ਼ਕੋ। ਇਸ ਸਨ ਡਾਕਟਰ ਇਸ਼ਪਾਲ ਸਿੰਘ ਬਾਜਵਾ, ਬਹੁਤ ਸੋਹਣਾ ਐਲੈਬਰੇਟ ਕੀਤਾ ਉਹਨਾਂ ਨੇ ਡੇਲੀ ਡੇਅਰੀ ਪ੍ਰੋਡਕਟ 'ਤੇ, ਅਤੇ ਕਿੱਥੇ ਖਪਤ ਹੈ, ਕਿੱਥੇ ਕੰਜ਼ਮਪਸ਼ਨ ਜ਼ਿਆਦਾ ਹੈ, ਕਿੱਥੇ ਪ੍ਰੋਡਕਸ਼ਨ ਜ਼ਿਆਦਾ ਹੈ, ਅਤੇ ਕਿੱਥੇ ਜਿਹੜੀਆਂ ਪ੍ਰੋਬਲਮ ਹੈ ਉਹ ਕਿੱਥੇ ਨੇ। ਆਪਾਂ ਇਹਨਾਂ ਨਾਲ ਲਾਈਵ ਸਟਾਕ 'ਤੇ ਵੀ ਕਿਸ ਦਿਨ ਸੈਸ਼ਨ ਲਵਾਂਗੇ, ਅੱਜ ਵਕਤ ਇਜਾਜ਼ਤ ਨਹੀਂ ਦੇ ਰਿਹਾ। ਦਰਸ਼ਕੋ ਆਪਣਾ ਪੂਰਾ ਖਿਆਲ ਰੱਖਣਾ, ਮੈਨੂੰ ਗੁਰਲਾਲ ਨੂੰ ਦਿਓ ਇਜਾਜ਼ਤ, ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।